ਕਿਵੇਂ ਮਨੁੱਖ ਆਪਣੀ ਜ਼ਿੰਦਗੀ ਨੂੰ ਆਨੰਦ ਦੇ ਨਾਲ ਜੀ ਸਕਦਾ ਹੈ ਕਿਵੇਂ ਜਿਹੜਾ ਮਨੁੱਖ ਹੈ ਉਹ ਅਮਰ ਹੋ ਸਕਦਾ ਹੈ ਐਸੀ ਪਦਵੀ ਪ੍ਰਾਪਤ ਕਰ ਸਕਦਾ ਹੈ ਜਿੱਥੇ ਦੁਬਾਰਾ ਦੁਬਾਰਾ ਦੁੱਖ ਨਹੀਂ ਹੁੰਦਾ ਨਾ ਜਨਮ ਹੁੰਦੀ ਹੈ ਨਾ ਜਨਮ ਹੁੰਦਾ ਹੈ ਨਾ ਮਰਨ ਹੁੰਦਾ ਹੈ ਸਭ ਤੋਂ ਪਹਿਲਾਂ ਪਰਮਾਤਮਾ ਦੇ ਰਸ ਨੂੰ ਪ੍ਰਾਪਤ ਕਰਨ ਦੇ ਲਈ ਦੁਨੀਆਂ ਦੇ ਦੁੱਖ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਤੱਕ ਦੁਨੀਆਂ ਦੇ ਦੁੱਖ ਦਾ ਗਿਆਨ ਨਹੀਂ ਹੋਏਗਾ ਉਦੋਂ ਤਾਈ ਮਨੁੱਖ ਦਾ ਮਨ ਇਸ ਚੀਜ਼ ਵੱਲੋਂ ਉਦਾਸ ਨਹੀਂ ਹੁੰਦਾ ਜਿਸ ਦਿਨ ਦੁੱਖ ਦੁਨੀਆ ਦੇ ਦੁੱਖ ਦਾ ਰਸਾਂ ਦਾ ਗਿਆਨ ਹੋ ਗਿਆ ਇਹ ਫਿੱਕੇ ਨੇ ਫਿਰ ਮਨੁੱਖ ਪਰਮ ਰਸ ਦੀ ਖੋਜ ਕਰੇਗਾ ਉਸ ਤੋਂ ਪਹਿਲਾਂ ਖੋਜ ਆਰੰਭ ਹੁੰਦੀ ਹੀ ਨਹੀਂ ਹੈ ਤਾਈ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਵਿਖੀਅਨ ਸਿਉ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ ਮਨੁਕ ਜਦੋਂ ਤਈ ਤੂੰ ਦੁਨੀਆ ਦੇ ਦੁੱਖ ਨੂੰ ਨਹੀਂ ਜਾਣਦਾ ਔਰ ਇਨਾ ਰਸਾਂ ਨੂੰ ਅਮਰ ਜਾਣ ਕੇ ਖਾਰਿਆ ਹੈ ਇਹ ਜਿਹੜੇ ਦੁਨੀਆ ਦੇ ਰਸ ਹਨ ਇਨਾ ਰਸਾਂ ਨੂੰ ਹੀ ਸਭ ਕੁਝ ਸਮਝ ਬੈਠਾ ਹੈ ਉਦੋਂ ਤੀਕ ਤੇਰੀ ਜ਼ਿੰਦਗੀ ਦੇ ਵਿੱਚ ਦੁੱਖ ਤੇ ਸੁੱਖ ਬਣੇ ਰਹਿਣਗੇ। ਨਾ ਕਦੇ ਦੁੱਖ ਖਤਮ ਹੋਣਗੇ। ਸੁੱਖ ਵੀ ਆਉਂਦੇ ਰਹਿਣਗੇ ਦੁੱਖ ਵੀ ਆਉਂਦੇ ਰਹਿਣਗੇ। ਔਰ ਇੱਕ ਦੂਜੀ ਗੱਲ ਵੀ ਆਪਜੀ ਸ਼ਰਵਣ ਕਰਨਾ ਇਹ ਜ਼ਰੂਰੀ ਨਹੀਂ ਹੈ। ਜਦੋਂ ਮਨੁੱਖ ਨੂੰ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਹੈ। ਉਸ ਦੀ ਜ਼ਿੰਦਗੀ ਵਿੱਚ ਦੁੱਖ ਸੁੱਖ ਨਹੀਂ ਆਉਂਦੇ। ਦੁੱਖ ਤੇ ਸੁੱਖ ਤੇ ਦੁਨੀਆ ਦਾ ਇੱਕ اٹਲ ਨਿਯਮ ਹੈ ਜਿਵੇਂ ਅੱਜ ਤੋਂ 2-3 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਠੰਡ ਚੱਲ ਰਹੀ ਸੀ ਅੱਜ ਹੌਲੀ-ਹੌਲੀ ਹੌਲੀ-ਹੌਲੀ ਗਰਮੀ ਦੀ ਰੋਤ ਸ਼ੁਰੂ ਹੋ ਗਈ ਹੈ ਇੱਕਦਮ ਜਿਵੇਂ-ਜਿਵੇਂ ਇਹ ਗਰਮੀ ਇੱਕ ਵਾਰੀ ਹੌਲੀ-ਹੌਲੀ ਤੁਰੀ ਹੈ ਆਪਣੇ ਸ਼ਿਖਰ ਤੇ ਪਹੁੰਚੇਗੀ ਜੇਟ ਹਾਰਡ ਦਾ ਮਹੀਨਾ ਇਸ ਦਾ ਸ਼ਿਖਰ ਹੋਵੇਗਾ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਇਹ ਠੰਡ ਦੇ ਵਿੱਚ ਤਬਦੀਲ ਹੋ ਜਾਏਗੀ ਫਿਰ ਠੰਡ ਜਿਹੜੀ ਹੈ ਆਪਣੇ ਸ਼ਿਖਰ ਤੇ ਪਹੁੰਚੇਗੀ ਜਨਵਰੀ ਫਰਵਰੀ ਦੇ ਵਿੱਚ ਜਿਹਨੂੰ ਪੋ ਦਾ ਮਹੀਨਾ ਅਸੀਂ ਕਹਿੰਦੇ ਆ ਆਪਣੇ ਸ਼ਿਖਰ ਤੇ ਜਦੋਂ ਠੰਡ ਪਹੁੰਚ ਜਾਏਗੀ ਇਹ ਫਿਰ ਠੰਡ ਵੀ ਹੌਲੀ-ਹੌਲੀ ਹੌਲੀ ਗਰਮੀ ਵਿੱਚ ਤਬਦੀਲ ਹੋ ਜਾਏਗੀ ਐਵੇਂ ਦੁਨੀਆ ਤੇ ਰੁੱਤਾਂ ਚਲਦੀਆਂ ਰਹਿੰਦੀਆਂ ਨੇ ਰੁੱਤਾਂ ਛੇ ਹੀ ਨੇ ਮੁੜ ਮੁੜ ਕੇ ਬਾਰ ਬਾਰ ਆਉਂਦੀਆਂ ਨੇ ਬੜੀ ਵਰੀ ਮਨੁੱਖੇ ਕਹਿੰਦਾ ਹੈ ਗਰਮੀ ਬੜੀ ਹੋ ਗਈ ਹੈ ਇੱਥੇ ਠੰਡ ਬੜੀ ਹੋ ਗਈ ਹੈ ਉਸ ਨੂੰ ਇਹ ਪੁੱਛਣਾ ਚਾਹੀਦਾ ਹੈ ਵੀ ਗਰਮੀ ਪਹਿਲੀ ਵਰੀ ਹੋਈ ਹੈ ਆਏ ਵਰੀ ਹੁੰਦੀ ਤੂੰ ਗਰਮੀ ਦੇ ਵਿੱਚ ਵਿਆਕੂ ਨਾ ਰਹੇ ਗਰਮੀ ਵਿੱਚ ਰਹਿਣ ਦਾ ਸੁਭਾਅ ਆਉਣਾ ਪੈਣਾ ਹੈ ਗਰਮੀ ਨੂੰ ਵੀ ਮਨੁੱਖ ਅਕਸੈਪਟ ਕਰੇਗਾ ਗਰਮੀ ਵੀ ਸਵੀਕਾਰ ਕਰ ਲਏਗਾ ਠੰਡ ਵੀ ਸਵੀਕਾਰ ਕਰ ਲਏਗਾ ਜਦੋਂ ਉਸ ਨੂੰ ਪਤਾ ਲੱਗ ਗਿਆ ਗਰਮੀ ਤੇ ਠੰਡ ਦੋ ਮੌਸਮ ਦੀ ਆਪਣੀ ਇੱਕ ਨੁਹਾਰ ਹੈ ਗਰਮੀ ਤੇ ਠੰਡ ਇਹ ਆਉਂਦੀ ਰਹਿਣੀ ਹੈ ਕਦੇ ਗਰਮੀ ਆਉਣੀ ਹੈ ਕਦੇ ਠੰਡ ਆਉਣੀ ਹੈ ਜਦੋਂ ਉਸ ਨੂੰ ਇਹ ਪਤਾ ਲੱਗ ਗਿਆ ਮਨੁੱਖ ਹੁਣ ਵਿਆਕੁਲ ਨਹੀਂ ਹੁੰਦਾ ਹੁਣ ਜਦੋਂ ਗਰਮੀ ਆਉਂਦੀ ਹੈ ਅਸੀਂ ਆਪੋ ਆਪ ਆਪਣੇ ਆਪ ਹੀ ਉਹਦੇ ਨਾਲ ਬਦਲਣਾ ਸ਼ੁਰੂ ਹੋ ਜਾਂਦੇ ਆ ਉਸ ਤਰੀਕੇ ਦੇ ਕੱਪੜੇ ਉਸ ਤਰੀਕੇ ਦੇ ਕਮਰੇ ਉਸ ਤਰੀਕੇ ਦਾ ਸਾਰਾ ਪ੍ਰਯੋਜਨ ਉਸ ਤਰੀਕੇ ਦਾ ਖਾਣਾ ਪੀਣਾ ਅਸੀਂ ਸ਼ੁਰੂ ਕਰ ਦਿੰਦੇ ਆ ਗਰਮੀ ਦੇ ਨਾਲ ਰਹਿਣ ਵਾਸਤੇ ਮਨੁੱਖ ਨੇ ਸੁਭਾਅ ਪੈਦਾ ਕਰ ਲਿਆ ਹੈ ਜਿਹੜੀਆਂ ਜਿਹੜੀਆਂ ਚੀਜ਼ਾਂ ਗਰਮੀ ਤੋਂ ਬਚਾ ਸਕਦੀਆਂ ਨੇ ਉਹ ਮਨੁੱਖ ਨੂੰ ਪਤਾ ਨੇ ਉਹ ਨੇ ਇਜਾਦ ਕਰ ਲਈਆਂ ਨੇ। ਇਵੇਂ ਜਦੋਂ ਠੰਡ ਆਉਂਦੀ ਹੈ ਠੰਡ ਤੋਂ ਬਚਣ ਦੇ ਲਈ ਜਿਹੜੀਆਂ ਜਿਹੜੀਆਂ ਵਸਤੂਆਂ ਚਾਹੀਦੀਆਂ ਨੇ ਉਹ ਮਨੁੱਖ ਨੇ ਆਜਾਦ ਕੀਤੀਆਂ ਨੇ ਉਹਨਾਂ ਨੂੰ ਲੈਣਾ ਸ਼ੁਰੂ ਕਰ ਦਿੰਦਾ। ਹੁਣ ਗਰਮੀ ਤੇ ਠੰਡ ਕੁਦਰਤ ਦੀ ਪ੍ਰਕਿਰਤੀ ਦੇ ਦੋ ਵੱਖਰੇ ਫੇਸ ਨੇ, ਦੋ ਵੱਖਰੇ ਚਿਹਰੇ ਨੇ। ਇਵੇਂ ਸੁੱਖ ਤੇ ਦੁੱਖ ਜ਼ਿੰਦਗੀ ਦੇ ਦੋ ਚਿਹਰੇ ਨੇ ਇਸ ਕਰਕੇ ਮਨੁੱਖ ਨੂੰ ਦੁੱਖਾਂ ਤੋਂ ਵੀ ਛੁਟਕਾਰਾ ਪਾਉਣ ਦੇ ਲਈ ਆਪਣੀ ਜ਼ਿੰਦਗੀ ਦੇ ਵਿੱਚ ਅਡਾਣ ਤਰੀਕੇ ਦੀਆਂ ਰਣਨੀਤੀਆਂ ਤਿਆਰ ਕਰਨੀਆਂ ਪੈਂਦੀਆਂ ਨੇ ਤੇ ਸੁੱਖ ਨਾਲ ਵੀ ਸੁੱਖ ਲਈ ਤੇ ਰਣਨੀਤੀ ਤਿਆਰ ਕਰਨੀ ਨਹੀਂ ਪੈਂਦੀ ਸੁੱਖ ਤੇ ਮਨੁੱਖ ਅਚੇਤ ਹੋ ਜਾਂਦਾ ਸੁੱਖ ਵਿੱਚ ਤੇ ਵੈਸੇ ਹੀ ਮਨੁੱਖ ਅਚੇਤ ਹੋ ਜਾਂਦਾ ਹੈ ਸੁੱਖ ਵਿੱਚ ਅਚੇਤ ਹੋ ਗਿਆ ਤਾਂ ਹੀ ਦੁੱਖ ਜ਼ਿਆਦਾ ਲੱਗਦਾ ਹੈ ਜੇ ਸੁੱਖ ਦੇ ਵਿੱਚ ਮਨੁੱਖ ਅਚੇਤ ਨਾ ਨਾ ਹੋਏ ਫਿਰ ਇਹਨੂੰ ਦੁੱਖ ਨਹੀਂ ਲੱਗੇਗਾ ਮਹਾਰਾਜ ਤਾਂ ਹੀ ਕਹਿੰਦੇ ਨੇ ਸੁੱਖ ਤੇ ਤੇਰੇ ਵਾਸਤੇ ਦੁੱਖ ਬਣ ਜਾਂਦਾ ਹੈ ਤੇ ਦੁੱਖ ਜਿਹੜਾ ਹੈ ਉਹ ਤੇਰੇ ਲਈ ਦਵਾ ਬਣਦਾ ਹੈ ਦੁੱਖ दारू ਸੁੱਖ ਰੋਗ ਭਿਆ ਜਾਂ ਸੁੱਖ ਤਾਂਮ ਨਾ ਹੋਈ ਜਿਹੜਾ ਸੁੱਖ ਹੈ ਉਹ ਮਨੁੱਖ ਨੂੰ ਅਚੇਤ ਕਰ ਦਿੰਦਾ ਹੈ ਜਿਵੇਂ ਸੁੱਖ ਆਏਗਾ ਮਨੁੱਖ ਦੇ ਕੋਲੋਂ ਸਤ ਸੰਗਤ ਛੁੱਟਣੀ ਸ਼ੁਰੂ ਹੋ ਜਾਂਦੀ ਹੈ ਗੁਰੂ ਦੇ ਵਚਨ ਸਤ ਸੰਗਤ ਦੇ ਬੋਲ ਫਿਰ ਮਨੁੱਖ ਦਾ ਚਿੱਤ ਇੰਨਾ ਕਠੋਰ ਹੋ ਜਾਂਦਾ ਹੈ ਇਹਦੇ ਚਿੱਤ ਵਿੱਚ ਇਹ ਵਚਨ ਠਹਿਰਦੇ ਹੀ ਨਹੀਂ ਹਨ ਇਤਨਾ ਕਠੋਰ ਹੋ ਜਾਂਦਾ ਹੈ ਚਿੱਤ ਇਵੇਂ ਗੁਰੂ ਅੰਗਦ ਸਹਿ ਮਹਾਰਾਜ ਜੀ ਦੇ ਕੋਲ ਕਿਸੇ ਸਿੱਖ ਨੇ ਸਵਾਲ ਪੁੱਛਿਆ ਮਹਾਰਾਜ ਦੁਨੀਆ ਦੇ ਇਸ ਸਾਗਰ ਦੇ ਵਿੱਚ ਵਾਸ਼ਨਾਵਾ ਤ੍ਰਿਸ਼ਨਾ ਲੋਭ ਹੰਕਾਰ ਇਸ ਪ੍ਰਕਾਰ ਦੀਆਂ ਤਰੰਗਾਂ ਨੇ ਇਹਨਾਂ ਤਰੰਗਾਂ ਤੋਂ ਬਚਣ ਦੇ ਲਈ ਕੀ ਉਪਰਾਲਾ ਕਰਨਾ ਚਾਹੀਦਾ ਹੈ ਇਹਨਾਂ ਤਰੰਗਾਂ ਤੋਂ ਬਚਦਿਆਂ ਸੀ ਜ਼ਿੰਦਗੀ ਨੂੰ ਕਿਵੇਂ ਆਨੰਦ ਵਿੱਚ ਲੈ ਸਕਦੇ ਹਾਂ ਕਿਵੇਂ ਉਸ ਅਵਸਥਾ ਤੇ ਪਹੁੰਚ ਸਕਦੇ ਆ ਜਿੱਥੇ ਹਮੇਸ਼ਾ ਖੁਸ਼ੀ ਹੀ ਖੁਸ਼ੀ ਹੋਵੇ ਜਿੱਥੇ ਹਮੇਸ਼ਾ ਆਨੰਦ ਹੀ ਆਨੰਦ ਹੋਵੇ ਜਿੱਥੇ ਨਾ ਰੋਣਾ ਹੋਵੇ ਨਾ ਹਾਸਾ ਹੋਵੇ ਐਸੀ ਅਵਸਥਾ ਤੇ ਕਿਵੇਂ ਪਹੁੰਚ ਸਕਦੇ ਆ ਕਿਵੇਂ ਮਨੋ ਕੋ ਪਰਮੇਸ਼ਰ ਦੇ ਨਾਲ ਜੁੜ ਜਾਏ ਜਿਵੇਂ ਪਰਮੇਸ਼ਰ ਨਾ ਰੋਂਦਾ ਹੈ ਨਾ ਹੱਸਦਾ ਹੈ ਅਸੀਂ ਵੀ ਐਸੇ ਕਿਵੇਂ ਬਣ ਸਕਦੇ ਆ ਸਤਗੁਰੂ ਜੀ ਮਹਾਰਾਜ ਜਵਾਬ ਦਿੰਦੇ ਨੇ ਕਹਿੰਦੇ ਭਾਈ ਕਦੇ ਤੂੰ ਜੰਗਲਾਂ ਦੇ ਵਿੱਚ ਅੱਗ ਲੱਗੀ ਵੇਖੀ ਹੈ ਕਿੰਨੇ ਵੇਖੀਏ ਮਹਾਰਾਜ ਜੰਗਲਾਂ ਦੇ ਵਿੱਚ ਜਦੋਂ ਅੱਗ ਲੱਗਦੀ ਹੈ ਜਿਹੜੇ ਜਾਨਵਰ ਮ੍ਰਿਗ ਪੰਖੇਰੂ ਜੰਗਲ ਦੇ ਵਿੱਚ ਹੁੰਦੇ ਨੇ ਉਹ ਆਪਣੇ ਆਪ ਨੂੰ ਕਿਵੇਂ ਬਚਾਉਂਦੇ ਨੇ ਕਿੰਨੇ ਮਹਾਰਾਜ ਜਿਹੜੇ ਜੰਗਲ ਦੇ ਵਿੱਚ ਮ੍ਰਿਗ ਪੰਖੇਰੂ ਹੁੰਦੇ ਨੇ ਉਹ ਜਾ ਕੇ ਨਦੀਆਂ ਦੇ ਵਿੱਚ ਵੜ ਜਾਂਦੇ ਨੇ ਪਾਣੀ ਠੰਡਾ ਹੁੰਦਾ ਹੈ ਅੱਗ ਤੋਂ ਬਚ ਜਾਂਦੇ ਨੇ ਮਹਾਰਾਜ ਕਹਿੰਦੇ ਐਵੇਂ ਹੀ ਦੁਨੀਆਂ ਦੇ ਵਿੱਚ ਇਸ ਦੁੱਖ ਦੀਆਂ ਤਕਲੀਫਾਂ ਦੀਆਂ ਲਹਿਰਾਂ ਤੋਂ ਬਚਣ ਦੇ ਲਈ ਤੈਨੂੰ ਸਤ ਸੰਗਤ ਰੂਪੀ ਨਦੀ ਦੇ ਵਿੱਚ ਜਾਣਾ ਚਾਹੀਦਾ ਹੈ ਉੱਥੇ ਬੈਠ ਕੇ ਉੱਥੇ ਸ਼ਰਵਣ ਕਰਕੇ ਆਪਣੇ ਆਪ ਨੂੰ ਰੋਜ਼ ਰੋਜ਼ ਪਰਮਾਤਮਾ ਦੇ ਵਿੱਚ ਲੀਨ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ ਕਿਉਂਕਿ ਇੱਥੇ ਆ ਕੇ ਚਾਹ ਪੈਦਾ ਹੁੰਦਾ ਹੈ ਮੈਂ ਸ਼ਾਮ ਵੀ ਇਹ ਹੀ ਬੇਨਤੀ ਕਰ ਰਿਹਾ ਸੀ ਸਾਥ ਸੰਗਤ ਬੜੀ ਬੜੀ ਮਨੁੱਖ ਇਹ ਗੱਲਾਂ ਕਰਦੇ ਸੁਣੀਦੇ ਹਨ ਭਾਈ ਤੂੰ ਪਰਮਾਤਮਾ ਨਾਲ ਨਹੀਂ ਜੁੜਦਾ ਉਹ ਅਕਸਰ ਅੱਗੋਂ ਇਹ ਹੀ ਗੱਲ ਕਰਦੇ ਹਨ ਜਦੋਂ ਪਰਮਾਤਮਾ ਸਮਾਂ ਲਿਆਏਗਾ ਉਦੋਂ ਜੁੜ ਜਾਵਾਂਗੇ ਅਕਸਰ ਇਹ ਮੈਨੂੰ ਗੱਲ ਕਰਦਾ ਹੈ ਜਦੋਂ ਪ੍ਰਮਾਤਮਾ ਸਮਾਂ ਪੈਦਾ ਕਰੇਗਾ ਉਦੋਂ ਜੁੜ ਜਾਵਾਂਗੇ ਅਕਸਰ ਜਵਾਬ ਇਹ ਹੀ ਹੁੰਦਾ ਹੈ ਭਾਈ ਸਮਾਂ ਪੈਦਾ ਨਹੀਂ ਹੁੰਦਾ ਤੈਨੂੰ ਕਰਨਾ ਪੈਣਾ ਹੈ ਜਦੋਂ ਤਈ ਉਹਦੀ ਯਾਦ ਹੀ ਨਹੀਂ ਆਏਗੀ ਤੂੰ ਉਸਦੇ ਨਾਲ ਜੁੜੇਗਾ ਵੀ ਕਿਵੇਂ ਜਦੋਂ ਉਸ ਦੇ ਬਾਰੇ ਕਿਤੇ ਗੱਲ ਹੀ ਨਹੀਂ ਸੁਣੇਗਾ ਉਸ ਦੇ ਨਾਲ ਜੁੜੇਗਾ ਕਿਵੇਂ ਤੈਨੂੰ ਉਸ ਦੇ ਗੁਣਾ ਦਾ ਹੀ ਪਤਾ ਨਹੀਂ ਲੱਗੇਗਾ ਫਿਰ ਉਸ ਦੇ ਨਾਲ ਪ੍ਰੇਮ ਕਿਵੇਂ ਪੈਦਾ ਹੋਏਗਾ ਜਦੋਂ ਅਸੀਂ ਕਿਸੇ ਦੇ ਬਾਰੇ ਸੁਣਦੇ ਹਾਂ ਫਲਾਣਾ ਮਨੁੱਖ ਬੜੀ ਵੱਡੀ ਪਦਵੀ ਦਾ ਮਾਲਕ ਹੈ ਬਹੁਤ ਵੱਡੀ ਥਾਂ ਤੇ ਬੈਠਾ ਹੈ ਰੋਜ਼ ਰੋਜ਼ ਉਹਦੀਆਂ ਵਡਿਆਈਆਂ ਸੁਣੀਏ ਨਾ ਮਨੁੱਖ ਦੇ ਅੰਦਰ ਇਹ ਚਾਹ ਪੈਦਾ ਹੁੰਦਾ ਹੈ ਮੈਂ ਉਸ ਨੂੰ ਮਿਲ ਲਵਾਂ ਕਿਤੇ ਵੀ ਉਹ ਮਨੁੱਖ ਮਿਲ ਜਾਏਗਾ ਗੱਡੀ ਵਿੱਚ ਜਾਂਦਾ ਉਹਨੂੰ ਵੇਖ ਕੇ ਸੋਚੇਗਾ ਇਹ ਉਹੀ ਮਨੁੱਖ ਹੈ ਜਿਹੜਾ ਬਹੁਤ ਵੱਡਾ ਹੈ। ਇਵੇਂ ਮਨੁੱਖ ਜਦੋਂ ਸਤ ਸੰਗਤ ਵਿੱਚ ਪ੍ਰਮਾਤਮਾ ਦੀ ਵਡਿਆਈ ਸੁਣਦਾ ਹੈ ਇਸ ਦੇ ਅੰਦਰ ਇਹ ਹੀ ਚਾਹ ਪੈਦਾ ਹੁੰਦਾ ਹੈ ਕਿ ਪ੍ਰਮਾਤਮਾ ਤੇਰੇ ਨਾਲ ਮੈਂ ਕਿਵੇਂ ਜੁੜ ਸਕਦਾ ਹਾਂ। ਤੂੰ ਇਤਨਾ ਵੱਡਾ ਹੈ। ਮਨੁੱਖ ਜਦੋਂ ਉਹਦੀਆਂ ਵਡਿਆਈਆਂ ਸੁਨੇਗਾ ਆਪਣਾ ਆਪ ਨੀਵਾ ਆ ਜਾਂਦਾ ਹੈ। ਅੱਜ ਦੀ ਇਸ ਪੌੜੀ ਦੇ ਵਿੱਚ ਮਹਾਰਾਜ ਅਰੰਭਤਾ ਇਹ ਹੀ ਕਰਦੇ ਨੇ ਕਿ ਜਿਹੜਾ ਪ੍ਰਮਾਤਮਾ ਦਾ ਰਸ ਹੈ ਇਸ ਰਸ ਨੂੰ ਕੋਈ ਕੋਈ ਪਾਉਂਦਾ ਹੈ ਪਰ ਜਿਹੜਾ ਇਸ ਰਸ ਨੂੰ ਪਾ ਲੈਂਦਾ ਹੈ ਉਹ ਅਮਰ ਹੋ ਜਾਂਦਾ ਹੈ ਜਿਹੜਾ ਇਸ ਰਸ ਨੂੰ ਪਾ ਲੈਂਦਾ ਹੈ ਦੁਬਾਰਾ ਉਸ ਦਾ ਮਰਨ ਨਹੀਂ ਹੁੰਦਾ ਹੁਣ ਇੱਥੇ ਸਵਾਲ ਦੋ ਪੈਦਾ ਹੋਣਗੇ ਪਹਿਲਾ ਤੇ ਸਵਾਲ ਇਹ ਪੈਦਾ ਹੋਏਗਾ ਜੇ ਪ੍ਰਮਾਤਮਾ ਦਾ ਨਾਮ ਲਿਆ ਦੁਬਾਰਾ ਮਰਨ ਹੀ ਨਹੀਂ ਹੁੰਦਾ ਫਿਰ ਮਨੁੱਖ ਜਾਂਦਾ ਮਰਦਾ ਕਿਉਂ ਹੈ ਇੱਥੇ ਉਸ ਮਰਨ ਦੀ ਗੱਲ ਨਹੀਂ ਹੋ ਰਹੀ ਇਹ ਯਾਦ ਰੱਖਣਾ ਇੱਕ ਸਰੀਰਿਕ ਤਲ ਤੇ ਮਰਨਾ ਹੈ ਇੱਕ ਮਾਨਸਿਕ ਤਲ ਤੇ ਆਤਮਿਕ ਤਲ ਤੇ ਮਰਨਾ ਹੈ ਸ਼ਰੀਰਿਕ ਤਲ ਤੇ ਹਰੇਕ ਦੁਨੀਆ ਚਲੀ ਜਾਂਦੀ ਹੈ ਮਰ ਜਾਂਦੀ ਹੈ ਸ਼ਰੀਰਿਕ ਤਲ ਤੇ ਮੌਤ ਉਦੋਂ ਆਉਂਦੀ ਹੈ ਜਦੋਂ ਮਨੁੱਖ ਦੀ ਉਮਰ ਪਹੁੰਚ ਜਾਏ 70 ਸਾਲ ਦਾ ਹੋ ਜਾਏ 80 ਸਾਲ ਦਾ ਹੋ ਜਾਏ ਤੇ ਹੋ ਸਕਦਾ ਹੈ ਅਧਿਆਤਮਿਕ ਤਲ ਤੇ ਹਰੇਕ ਵੀ ਮਰਿਆ ਹੀ ਪਿਆ ਹੋਵੇ ਅਧਿਆਤਮਿਕ ਤਲ ਤੇ ਤੇ ਮਨੁੱਖ ਮਰਿਆ ਹੀ ਪਿਆ ਹੈ ਉਤੋਂ ਨੇ ਜਾਗਣਾ ਹੈ ਦੁਬਾਰਾ ਉਹਨੇ ਜੀਵਨ ਲੈਣਾ ਹੈ ਅਧਿਆਤਮਿਕ ਤਲ ਤੇ ਜੀਵਨ ਕੀ ਹੈ ਜਿੱਤੇ ਚਿੰਤਾਵਾਂ ਡਰ ਰਾਗ ਦਵੇਸ਼ ਖਤਮ ਹੋ ਜਾਣ ਇਹ ਜੀਵਨ ਹੈ ਜਿਨ ਮਹਾਰਾਜ ਕੇ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵਿਆ ਕੋਏ ਅਸਲ ਦੇ ਵਿੱਚ ਮਹਾਰਾਜੇ ਮਤ ਜਾਣੋ ਜਗ ਜੀਵ ਦਾ ਦੂਜੇ ਭਾਏ ਮੋਯਾਸ ਇਹ ਮਤ ਜਾਣੋ ਜੋ ਤੁਹਾਨੂੰ ਜੀਵਦਾ ਵਿਖਦਾ ਹੈ ਉਹ ਜੀਵ ਰਿਆ ਹੋਏਗਾ ਨਹੀਂ ਇਹਨੇ ਨਹੀਂ ਮਰਿਆ ਪਿਆ ਹੈ ਜੀਵਨ ਕੋਈ ਹੋਰ ਚੀਜ਼ ਹੈ ਮੈਂ ਫਿਰ ਆਰੰਭ ਕਰਾਂ ਪਰਮ ਜੀਵਨ ਦੀ ਖੋਜ ਉਸ ਦਿਨ ਪਤਾ ਲੱਗੇਗੀ ਜਿਸ ਦਿਨ ਇਸ ਜੀਵਨ ਦੇ ਦੁੱਖ ਪਤਾ ਲੱਗ ਜਾਣਗੇ ਜਿਸ ਦਿਨ ਇਸ ਜੀਵਨ ਦੀ ਸਚਾਈ ਪਤਾ ਲੱਗੇਗੀ ਉਸ ਦਿਨ ਪਰਮ ਜੀਵਨ ਦੀ ਖੋਜ ਆਰੰਭ ਹੋਏਗੀ ਜਿਵੇਂ ਮਹਾਤਮਾ ਬੁੱਧ ਨੂੰ ਕਿਸੇ ਜੋਤਿਸ਼ੀ ਨੇ ਜਦੋਂ ਜਨਮ ਲਿਆ ਕਹਿ ਦਿੱਤਾ ਇਹ ਜਿਹੜਾ ਬੱਚਾ ਹੈ ਇਹ ਬੱਚਾ ਵੱਡਾ ਸਾਧੂ ਬਣ ਜਾਏਗਾ ਉਸਦੇ ਪਿਓ ਨੂੰ ਪਿਤਾ ਹੈ ਜਿਹੜਾ ਉਸ ਦਾ ਉਸ ਨੂੰ ਬੜਾ ਦੁੱਖ ਐਡਾ ਵੱਡਾ ਰਾਜ ਭਾ ਕੇ ਜੇ ਮੱੱਚਾ ਸੰਨਿਆਸੀ ਬਣ ਗਿਆ ਰਾਜ ਭਾ ਕੌਣ ਕਮਾਏਗਾ ਉਸ ਨੇ ਕਿਹਾ ਜੇ ਇਹ ਮਹੱਲਾਂ ਤੋਂ ਬਾਹਰ ਇਹਨਾਂ ਰੰਗਾਂ ਤੋਂ ਬਾਹਰ ਗਿਆ ਇਹਨਾਂ ਰੰਗਾਂ ਤੋਂ ਬਾਹਰ ਜਾਂਦਿਆਂ ਹੀ ਇਹਨੂੰ ਸੰਨਿਆਸ ਹੋ ਜਾਣਾ ਹੈ ਕਿ ਸਾਧਸਨ ਮਨੁੱਖ ਦੇ ਕਰਮ ਕਈ ਵਾਰੀ ਇੰਨੇ ਗੰਭੀਰ ਤੇ ਡੂੰਘੇ ਹੁੰਦੇ ਨੇ ਕਈ ਵਾਰੀ ਛੋਟੀ ਜੀ ਗੱਲ ਸੁਣਿਆ ਹੀ ਮਨੁੱਖ ਦੇ ਮਨ ਤੇ ਬੜਾ ਅਸਰ ਕਰ ਜਾਂਦੀ ਹੈ ਕਈ ਵਾਰੀ ਵੱਡੀਆਂ ਵੱਡੀਆਂ ਗੱਲਾਂ ਵੀ ਆਪਾਂ ਅਕਸਰ ਕਹਿੰਦੇ ਤੈਨੂੰ ਲੱਗਦੀ ਨਹੀਂ ਹੈ ਕਈ ਮੇਰੇ ਬੱਚਿਆਂ ਨੂੰ ਕਹਿੰਦੇ ਆ ਤੈਨੂੰ ਵੜੀ-ਵੜੀ ਸਮਝਾਇਆ ਹੈ ਬੜੀ-ਵੜੀ ਦੱਸਿਆ ਹੈ ਤੈਨੂੰ ਲੱਗਦੀ ਨਹੀਂ ਹੈ ਕਿਉਂ ਉਸ ਬੱਚੇ ਦਾ ਸੁਣਨਾ ਗਹਿਰਾ ਨਹੀਂ ਹੈ ਕਈ ਵਾਰੀ ਕਰਮ ਇੰਨੇ ਬਲਵਾਨ ਹੁੰਦੇ ਨੇ ਮਤ ਇੰਨੀ ਨਿਰਮਲ ਹੁੰਦੀ ਐ ਛੋਟੀ ਜੀ ਗੱਲ ਵੀ ਅੰਦਰ ਛੱਟ ਲਗਾ ਜਾਂਦੀ ਐ ਛੋਟੀ ਜੀ ਗੱਲ ਆਪਣਾ ਦੁੱਖ ਤੇ ਛੱਟ ਲਗਾਏਗਾ ਹੀ ਦੂਜੇ ਦਾ ਦੁੱਖ ਵੀ ਮਨੁੱਖ ਨੂੰ ਛੱਟ ਲਗਾ ਜਾਂਦਾ ਹੈ ਦੂਜੇ ਦੇ ਦੁੱਖ ਤੋਂ ਸਮਝ ਜਾਂਦਾ ਹੈ ਦੂਜੇ ਦੇ ਜੀਵਨ ਤੋਂ ਮਨੁੱਖ ਬੜਾ ਕੁਝ ਸਮਝ ਜਾਂਦਾ ਹੈ ਇਸ ਕਰਕੇ ਮਹਾਤਮਾ ਬੰਦ ਥੋੜੀ ਉਮਰ ਦੇ ਵਿੱਚ ਉਹਦਾ ਵਿਆਹ ਵੀ ਕਰ ਦਿੱਤਾ ਗਿਆ ਤੇ ਉਸ ਦੇ ਚਾਰ ਚਫੇਰੇ ਦੁਨੀਆਂ ਦੇ ਰੰਗ ਤਮਾਸ਼ੇ ਰੱਖੇ ਗਏ ਤਾਂ ਜੋ ਇਸ ਦਾ ਮਨ ਵਿਚਲਿਤ ਨਾ ਹੋਏ ਮਤਾ ਕੇ ਸੰਨਿਆਸ ਵੱਲ ਚਲਿਆ ਜਾਏ ਮਨ ਇੱਕ ਦਿਨ ਆਪਣੇ ਸਾਰਥੀ ਨੂੰ ਲੈ ਕੇ ਮਹਾਲਤੋਂ ਬਾਹਰ ਨਿਕਲਿਆ ਮਹਾਲਤੋਂ ਬਾਹਰ ਜਾਂਦਾ ਜਾਂਦਾ ਦੇਖਦਾ ਹੈ ਅੱਗੇ ਇੱਕ ਬਿਮਾਰ ਮਨੁੱਖ ਹੈ ਕਰਾ ਰਿਹਾ ਹੈ ਬੜੀ ਪੀੜਾਂ ਨਾਲ ਉਹ ਪੁੱਛਦਾ ਸਾਰਥੀ ਇਹ ਕੀ ਹੈ ਇਹ ਤੇ ਮੈਂ ਕਦੀ ਵੇਖਿਆ ਹੀ ਨਹੀਂ ਕਹਿੰਦੇ ਹੈ ਰਾਜਕੁਮਾਰ ਇਹ ਬਿਮਾਰ ਮਨੁੱਖ ਹੈ ਕਿੰਦੇ ਮੈਂ ਵੀ ਬਿਮਾਰ ਹੋ ਸਕਦਾ ਹਾਂ ਕਹਿੰਦੇ ਤੂੰ ਵੀ ਹੋ ਸਕਦਾ ਹੈ ਇਹ ਦੁੱਖ ਮੈਨੂੰ ਵੀ ਮਿਲ ਸਕਦਾ ਕਹਿੰਦੇ ਤੈਨੂੰ ਵੀ ਮਿਲ ਸਕਦਾ ਹੈ ਮਨੋਖਾਂ ਸੀ ਅੱਗੇ ਤੁਰਿਆ ਜਾਂਦਿਆ ਜਾਂਦਿਆ ਕਿ ਬਜ਼ੁਰਗ ਵਿਖਿਆ ਛੋਟੀ ਦੇ ਨਾਲ ਤੁਰ ਰਿਹਾ ਹੈ ਸਰੀਰ ਉਹਦਾ ਕੂਬਾ ਹੋ ਚੁੱਕਿਆ ਹੈ ਕਹਿੰਦੇ ਇਹ ਕੀ ਹੈ ਕਹਿੰਦੇ ਰਾਜਕੁਮਾਰ ਇਹ ਬੁਢੇਪਾ ਹੈ ਇਹ ਬੁਢੇਪਾ ਮੇਰੇ ਤੇ ਵੀ ਆਉਣਾ ਕਹਿੰਦੇ ਸਾਰਿਆਂ ਤੇ ਆਉਣਾ ਹੈ ਮੇਰਾ ਸ਼ਰੀਰ ਵੀ ਬੁੱਢਾ ਹੋਏਗਾ ਕਹਿੰਦਾ ਹੋਏਗਾ ਰਾਜਕੁਮਾਰ ਅੱਗੇ ਤੁਰਿਆ ਅੱਗੇ ਜਾ ਕੇ ਵੇਖਦਾ ਹੈ ਪਹਿਲਾਂ ਬਿਮਾਰ ਹੁੰਦਾ ਹੈ ਉਸ ਤੋਂ ਬਾਅਦ ਵੇਖਦਾ ਹੈ ਬਜ਼ੁਰਗ ਹੁੰਦਾ ਹੈ ਹੁਣ ਇੱਕ ਕੋਈ ਅਰਥੀ ਲੈ ਕੇ ਜਾ ਰਹੇ ਨੇ ਕਿਸੇ ਦੀ ਕਹਿੰਦੇ ਰਾਜਕੁਮਾਰ ਇਹ ਕੀ ਹੈ ਉਹ ਕਹਿੰਦਾ ਸਾਰਥੀ ਨੂੰ ਸਾਰਥੀ ਇਹ ਕੀ ਹੈ ਕਹਿੰਦੇ ਰਾਜਕੁਮਾਰ ਇਹ ਅਰਥੀ ਹੈ ਇਹ ਕੀ ਕਹਿੰਦੇ ਇਸ ਤੋਂ ਬਾਅਦ ਫਿਰ ਉਹਨਾਂ ਨੂੰ ਦੁਨੀਆ ਤੋਂ ਚਲਾ ਜਾਂਦਾ ਕਹਿੰਦੇ ਮੈਨੂੰ ਵੀ ਜਾਣਾ ਪਏਗਾ ਕਹਿੰਦੇ ਤੈਨੂੰ ਵੀ ਜਾਣਾ ਪਏਗਾ ਇਹਨਾਂ ਲਈ ਸਾਰਥੀ ਮੈਨੂੰ ਹੁਣ ਇੱਥੇ ਉਤਾਰ ਦੇ ਮੈਂ ਹੁਣ ਐਸੀ ਖੋਜ ਕਰਾਂਗਾ ਜਿੱਥੇ ਦੁੱਖ ਲੱਗੇਗਾ ਹੀ ਨਹੀਂ ਸ਼ਰੀਰ ਤੇ ਬਜ਼ੁਰਗ ਹੋਏਗਾ ਮੈਨੂੰ ਦੁੱਖ ਨਹੀਂ ਲੱਗੇਗਾ ਮੌਤ ਦੇ ਸ਼ਰੀਰ ਨੂੰ ਆਏਗੀ ਮੈਨੂੰ ਮੌਤ ساری ਉਮਰ ਨਹੀਂ ਆਏਗੀ ਭਾਵ ਡਰ ਖਤਮ ਹੋ ਜਾਏਗਾ ਅੰਦਰੋਂ ਰਾਗ ਤੇ ਦੁਸ਼ਵੈਸ਼ ਖਤਮ ਹੋ ਜਾਣਗੇ ਇੱਕ ਸਰੀਰਿਕ ਤਲ ਹੈ ਇੱਕ ਆਤਮਾ ਦਾ ਤਲ ਹੈ ਜਦੋਂ ਤੇ ਹੀ ਸਰੀਰ ਤੇ ਆਤਮਾ ਸਾਨੂੰ ਇਕੱਠੇ ਲੱਗਦੇ ਨੇ ਮਨ ਤੇ ਸ਼ਰੀਰ ਇਕੱਠੇ ਲੱਗਦੇ ਨੇ ਉਦੋਂ ਤੇ ਹੀ ਦੁੱਖ ਤੇ ਸੁੱਖ ਅਨੁਭਵ ਹੁੰਦੇ ਨੇ ਜਿਵੇਂ-ਜਿਵੇਂ ਮਨੁੱਖ ਗਹਿਰਾ ਜਾਂਦਾ ਜਾਏਗਾ ਦੁਨੀਆ ਦੇ ਇਹਨਾਂ ਦੁੱਖਾਂ ਨੂੰ ਸਮਝ ਲਏਗਾ ਇਹ ਦੁੱਖ ਤੇ ਰੋਜ਼-ਰੋਜ਼ ਹੀ ਆਉਣੇ ਨੇ ਰੋਜ਼-ਰੋਜ਼ ਹੀ ਮੈਨੂੰ ਪਰੇਸ਼ਾਨੀ ਦੇਣਗੇ ਕਿਉਂ ਰੋਜ਼ ਨਫਾ ਵੀ ਨਹੀਂ ਹੋਣਾ ਰੋਜ਼ ਘਾਟਾ ਵੀ ਨਹੀਂ ਹੋਣਾ ਰੋਜ਼ ਪ੍ਰੋਫਿਟ ਹੋਏਗਾ ਮੈਂ ਖੁਸ਼ ਹੋ ਜਾਵਾਂਗਾ ਜੇ ਨੁਕਸਾਨ ਹੋ ਗਿਆ ਦੁਖੀ ਹੋ ਜਾਵਾਂਗਾ ਇਥੇ ਰੋਜ਼ ਦਾ ਹੀ ਕੰਮ ਬਣ ਗਿਆ ਹੈ ਜੇ ਠੀਕ ਰਵਾਂਗਾ ਖੁਸ਼ ਰਵਾਂਗਾ ਬਿਮਾਰ ਹੋ ਗਿਆ ਫਿਰ ਦੁਖੀ ਹੋ ਜਾਵਾਂਗਾ ਐਸੀ ਜ਼ਿੰਦਗੀ ਨਹੀਂ ਚਾਹੀਦੀ ਜਦੋਂ ਮਨੁੱਖ ਇਸ ਚੀਜ਼ ਨੂੰ ਸਮਝ ਲੈਂਦਾ ਉਸ ਦਿਨ ਉਹ ਫਿਰ ਪਰਮ ਜੀਵਨ ਦੀ ਖੋਜ ਤੇ ਜੁੜ ਜਾਂਦਾ ਉਸ ਦਿਨ ਜੁੜਦਾ ਪਹਿਲੀ ਗੱਲ ਹੈ ਦੁਨੀਆ ਦੇ ਦੁੱਖ ਦਾ ਪਤਾ ਹੋਵੇ ਜਦੋਂ ਤਈ ਦੁਨੀਆ ਦੇ ਦੁੱਖ ਦਾ ਗਿਆਨ ਨਹੀਂ ਹੈ ਉਦੋਂ ਤਈ ਪਰਮ ਜੀਵਨ ਦੀ ਖੋਜ ਵਿੱਚ ਮਨੁੱਖ ਨਹੀਂ ਲੱਗੇਗਾ ਮੈਂ ਦੂਜੀ ਗੱਲ ਕਹਦੇ ਆ ਜਦੋਂ ਤਈ ਮਨੁੱਖ ਸਰੀਰ ਦੇ ਤਲ ਤੇ ਜੀ ਰਿਹਾ ਹੈ ਆਤਮਾ ਦਾ ਇਸ ਨੂੰ ਨਹੀਂ ਪਤਾ ਲੱਗਿਆ ਉਦੋਂ ਤਈ ਵੀ ਇਹ ਪਰਮਾਤਮਾ ਦੀ ਖੋਜ ਤੇ ਨਹੀਂ ਜੁੜੇਗਾ ਪਹਿਲਾਂ ਇਸ ਨੂੰ ਪਤਾ ਲੱਗਣਾ ਚਾਹੀਦਾ ਕਾਦਾ ਦੁੱਖ ਦਾ ਦੋਖ ਦਾ ਪਤਾ ਲੱਗੇਗਾ ਤਾਈ ਮਨੁੱਖ ਆਨੰਦ ਵੱਲ ਨੂੰ ਜਾਏਗਾ ਜਿਵੇਂ ਇੱਕ ਮਾਂ ਦਾ ਬੱਚਾ ਹੈ ਉਸ ਦੇ ਨਾਲ ਇੱਥੇ ਗੁਰਦੁਆਰਾ ਸਾਹਿਬ ਹੀ ਆ ਗਈ ਹੈ ਇੱਥੇ ਬਹੁਤ ਪੀੜ ਹੈ ਜਿਵੇਂ ਬੱਚਾ ਉਹਦੀ ਬਾਹਂ ਤੋਂ ਛੁੱਟਿਆ ਉਹਨੇ ਵੇਖਿਆ ਬੱਚਾ ਤੇ ਮੇਰੇ ਕੋਲ ਨਹੀਂ ਹੈ ਨਾਲ ਹੀ ਰੋਣ ਲੱਗ ਪਈ ਬਹੁਤ ਉੱਚੀ 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 ਆਵਾਜ਼ਾਂ ਲਗਾਉਂਦੀ ਹੈ ਕਿਉਂ ਬੱਚਾ ਮੇਰੇ ਤੋਂ ਗੁੰਮ ਹੋ ਗਿਆ ਇਨੀ ਥੋੜੀ ਦੇਰ ਦੇ ਵਿੱਚ ਹੀ ਬੱਚਾ ਲੱਭ ਜਾਂਦਾ ਹੈ ਫਿਰ ਖੁਸ਼ ਹੋ ਜਾਂਦੀ ਹੈ ਕਿਉਂ ਬੱਚਾ ਲੱਭ ਗਿਆ ਹੁਣ ਜਿੰਨੀ ਵਾਰੀ ਵੀ ਦੁਨੀਆ ਵਿੱਚ ਬੱਚਾ ਗੁੰਮ ਹੋਏਗਾ ਭਾਵੇਂ ਛੋਟਾ ਜਿਹਾ ਹੋਏ ਭਾਵੇਂ ਵੱਡਾ ਹੋਏ ਜਦੋਂ ਵੀ ਬੱਚਾ ਅੱਖਾਂ ਤੋਂ ਦੂਰ ਹੋਏਗਾ ਉਹਨੂੰ ਦੁੱਖ ਲੱਗੇਗਾ ਹੀ ਲੱਗੇਗਾ ਜਦੋਂ ਉਹਨੂੰ ਮਿਲ ਜਾਇਆ ਕਰੇਗਾ ਉਹਨੂੰ ਸੁੱਖ ਲੱਗੇਗਾ ਇਹਨੂੰ ਕਹਿੰਦੇ ਨੇ ਦੁੱਖ ਤੇ ਸੁੱਖ ਸਦਾ ਚੱਲਦੇ ਰਹਿੰਦੇ ਨੇ ਇਸ ਦੁੱਖ ਤੇ ਸੁੱਖ ਦਾ ਕਾਰਨ ਹੈ ਇਹਦਾ ਮੋਹ ਹੁਣ ਜਦੋਂ ਤਈ ਮੋਹ ਨੂੰ ਨਹੀਂ ਜਾਣੇਗਾ ਉਦੋਂ ਤੇ ਜੀਵਨ ਦੀ ਖੋਜ ਵਿੱਚ ਤੁਰੇਗਾ ਹੀ ਨਹੀਂ ਪਹਿਲਾਂ ਤੇ ਮੋਹ ਦੀ ਖੋਜ ਵਿੱਚ ਤੁਰੇ ਨਾ ਮੋਹ ਕੀ ਹੈ ਜਿਸ ਦਿਨ ਇਹਨੂੰ ਇਹ ਪਤਾ ਲੱਗ ਗਿਆ ਕਿ ਇਹ ਤੇ ਰੋਜ਼ ਹੀ ਐਵੇਂ ਹੋਏਗਾ ਅੱਜ ਮੇਰੇ ਕੋਲ ਪੈਸਾ ਹੈ ਕੱਲ ਨੂੰ ਚਲਾ ਗਿਆ ਫਿਰ ਦੁੱਖ ਲੱਗੇਗਾ ਅੱਜ ਤੇ ਜਮਾ ਕੀਤਾ ਹੋਇਆ ਹੈ ਅੱਜ ਤੇ ਸੁਖੀ ਆ ਜੇ ਕੱਲ ਨੂੰ ਇਹ ਜਮਾ ਕੀਤਾ ਹੋਇਆ ਚਲਾ ਗਿਆ ਫਿਰ ਦੁੱਖ ਹੋ ਜਾਏਗਾ ਇਹ ਤੇ ਕਦੀ ਖਤਮ ਹੀ ਨਾ ਹੋਣ ਵਾਲੀ ਚੀਜ਼ ਹੈ ਦੁੱਖ ਤੇ ਸੁਖ ਤੇ ਚਲਦੇ ਹੀ ਰਹਿਣਗੇ ਹਰ ਔਮ ਲੋਕ ਕਹਿੰਦਾ ਨਹੀਂ ਮੈਨੂੰ ਦੁੱਖ ਤੇ ਸੁੱਖ ਨਹੀਂ ਚਾਹੀਦੇ ਹੁਣ ਮੈਂ ਆਨੰਦ ਪ੍ਰਾਪਤ ਕਰਾਂਗਾ ਦੁੱਖ ਦਾ ਉਲਟਾ ਸ਼ਬਦ ਹੈ ਸੁੱਖ ਸੁੱਖ ਦਾ ਉਲਟਾ ਸ਼ਬਦ ਹੈ ਦੁੱਖ ਆਨੰਦ ਦਾ ਕੋਈ ਉਲਟਾ ਵਿਪਰੀਤਾਰਥਕ ਸ਼ਬਦ ਨਹੀਂ ਹੈ ਜਿਸ ਨੂੰ ਆਨੰਦ ਮਿਲ ਗਿਆ ਉਹ ਫਿਰ ਆਨੰਦ ਦੇ ਵਿੱਚ ਹੀ ਆਨੰਦਮਈ ਹੋ ਗਿਆ ਭਾਵੇਂ ਉਹ ਮਹੱਲਾ ਦੇ ਵਿੱਚ ਬੈਠਾ ਹੈ ਭਾਵੇਂ ਉਹ ਸੜਕ ਤੇ ਬੈਠਾ ਹੈ ਉਹ ਵੱਖਰੀ ਗੱਲ ਹੈ ਮਹੱਲਾਾਂ ਦੇ ਵਿੱਚ ਬੈਠ ਕੇ ਵੀ ਆਨੰਦਮਈ ਹੋ ਸਕਦਾ ਹੈ ਸੜਕ ਤੇ ਬੈਠ ਕੇ ਵੀ ਆਨੰਦਮਈ ਇਹ ਨਹੀਂ ਹੈ ਵੀ ਮਾਇਆ ਛੱਡੇਗਾ ਤਾਂ ਹੀ ਆਨੰਦਮਈ ਹੋਏਗਾ ਐਸਾ ਕਿਤੇ ਨਹੀਂ ਮਿਲਾਨਾ ਜੇ ਕੁਝ ਛੱਡ ਕੇ ਆਨੰਦਮਈ ਹੋਣਾ ਹੈ ਫਿਰ ਉਹ ਇੱਕ ਹੀ ਚੀਜ਼ ਛੱਡਣੀ ਪੈਂਦੀ ਹੈ ਆਪਣੇ ਅੰਦਰ ਦਾ ਮੋਹ ਤੇ ਹੰਕਾਰ ਹੋਰ ਕੁਝ ਨਹੀਂ ਛੱਡਣਾ ਜੇ ਦੁਨੀਆ ਹੀ ਛੱਡ ਕੇ ਆਨੰਦ ਦੀ ਪ੍ਰਾਪਤੀ ਕਰਨੀ ਹੈ ਦੁਨੀਆ ਛੱਡ ਕੇ ਮਨੁੱਖ ਜਾਏਗਾ ਵੀ ਕਿਤੇ ਘਰ ਛੱਡ ਦੇਗਾ ਬਾਹਰ ਚੱਲ ਪਏਗਾ ਮਨ ਦੇ ਵਿੱਚੋਂ ਛੱਡਣਾ ਹੈ ਸਭ ਕੁਝ ਸਰੀਰ ਕਰਕੇ ਕੁਝ ਵੀ ਛੱਡਣਾ ਨਹੀਂ ਹੈ ਤਾਂ ਹੀ ਕਰਕੇ ਗੁਰੂ ਨਾਨਕ ਸਾਹਿਬ ਜਿੰਨੂੰ ਵੀ ਮਿਲੇ ਇੱਕ ਹੀ ਗੱਲ ਕਹੇ ਜਿੱਥੇ ਵੀ ਖੜਾ ਹੈ ਉੱਥੋਂ ਹੀ ਸ਼ੁਰੂ ਕਰਦੇ ਜਿੱਥੇ ਹੀ ਖੜਾ ਹੈ ਜੇ ਅਮੀਰੀ ਤੇ ਖੜਾ ਹੈ ਉੱਥੋਂ ਹੀ ਆਦਿ ਸ਼ੁਰੂ ਕਰਦੇ ਜੇ ਗਰੀਬੀ ਤੇ ਖੜਾ ਹੈ ਉੱਥੋਂ ਹੀ ਸ਼ੁਰੂ ਕਰਦੇ ਉੱਥੇ ਹੀ ਪ੍ਰਸਥਿਤੀਆਂ ਬਦਲ ਜਾਣਗੀਆਂ ਜ਼ਿੰਦਗੀ ਬਦਲ ਜਾਏਗੀ ਇਸ ਕਰਕੇ ਇੱਕ ਜੀਵਨ ਸਰੀਰ ਦਾ ਜੀਵਨ ਹੈ ਇੱਕ ਜੀਵਨ ਆਤਮਾ ਦਾ ਜੀਵਨ ਹੈ ਇਸੇ ਮਨੁੱਖ ਨੇ ਆਤਮਾ ਦੇ ਜੀਵਨ ਦੀ ਖੋਜ ਪਰਮ ਆਨੰਦ ਦੀ ਖੋਜ ਹੈ ਉਸ ਆਨੰਦ ਦੀ ਖੋਜ ਜਿੱਥੇ ਦੁਬਾਰਾ ਦੁੱਖ ਨਹੀਂ ਹੈ ਕਿਸੇ ਸਾਧੂ ਨੂੰ ਕਿਸੇ ਨੇ ਇਹ ਪੁੱਛ ਲਿਆ ਕਹਿੰਦੇ ਇਹ ਸਾਧੂ ਅਸੀਂ ਬੜੀ ਵਾਰੀ ਵੇਖਦੇ ਆ ਜਿਹੜੇ ਮਨੁੱਖ ਆਤਮਾ ਦੇ ਤਲ ਤੇ ਜਿਉਂਦੇ ਹੁੰਦੇ ਨੇ ਉਹਨਾਂ ਦੇ ਸਰੀਰ ਨੂੰ ਬੜੀ ਵਰੀ ਕੱਟ ਵੀ ਦਿੱਤਾ ਜਾਂਦਾ ਹੈ ਵੱਢ ਵੀ ਦਿੱਤਾ ਜਾਂਦਾ ਹੈ ਮਾਰ ਵੀ ਦਿੱਤਾ ਜਾਂਦਾ ਹੈ ਉਹਨਾਂ ਨੂੰ ਦੁੱਖ ਕਿਉਂ ਨਹੀਂ ਲੱਗਦਾ ਕੀ ਕਾਰਨ ਹੈ ਦੁੱਖ ਵਿੱਚ ਕਿਉਂ ਨਹੀਂ ਜਾਂਦੇ ਹੋ ਉਹ ਸਾਧੂ ਕਹਿੰਦਾ ਤੂੰ ਇੱਕ ਕਰ ਇੱਕ ਨਾਰੀਅਲ ਲੈ ਕੇ ਆ ਗਿੱਲਾ ਨਾਰੀਅਲ ਪਾਣੀ ਹੋਏ ਜਿਹਦੇ ਵਿੱਚ ਉਹ ਨਾਰੀਅਲ ਲੈ ਕੇ ਆਇਆ ਕਹਿੰਦੇ ਇਹਨੂੰ ਤੋੜ ਉਹਨੇ ਨਾਰੀਅਲ ਤੋੜਿਆ ਤੇ ਅੰਦਰ ਜਿਹੜੀ ਗੀਰੀ ਸੀ ਉਹ ਵੀ ਟੁੱਟ ਗਈ ਕਹਿੰਦੇ ਭਾਈ ਇਹ ਜਿਹੜਾ ਜੀਵਨ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਨੂੰ ਸਰੀਰ ਤੇ ਆਤਮਾ ਵੱਖੋ ਵੱਖਰੀ ਲੱਗੀ ਨਾਰੀਅਲ ਦੇ ਬਾਹਰ ਸੱਟ ਮਾਰੀ ਹੈ ਅੰਦਰ ਵੀ ਟੁੱਟ ਗਿਆ ਹੈ ਆਤਮਾ ਤੇ ਅਗਾਹਤ ਪਹੁੰਚਿਆ ਹੈ ਕਿਉਂ ਸਰੀਰ ਤੇ ਮਨ ਨੂੰ ਇੱਕ ਹੀ ਸਮਝ ਰਹੇ ਨੇ ਕਿ ਨੇ ਇੱਕ ਨਾਰੀਅਲ ਹੋਰ ਲੈ ਕੇ ਆ ਜਿਹੜਾ ਸੁੱਕਾ ਹੋਏ ਸੁੱਕਾ ਨਾਰੀਅਲ ਲੈ ਕੇ ਆਇਆ ਸੁੱਕਾ ਹੋਇਆ ਸੀ ਤੋੜਿਆ ਖੋਲ ਤੇ ਉਤਲਾ ਟੁੱਟ ਗਿਆ ਹੈ ਗਰੀਬ ਸਬੂਤੀ ਕਹਿੰਦੇ ਹੁਣ ਪਤਾ ਲੱਗਿਆ ਕਹਿੰਦੇ ਇਹ ਉਹ ਲੋਕ ਨੇ ਜਿਹੜੇ ਆਤਮਾ ਦੇ ਤਲ ਤੇ ਜਿਉਂਦੇ ਨੇ ਸ਼ਰੀਰ ਭਾਵੇਂ ਟੋਟੇ ਟੋਟੇ ਵੀ ਹੋ ਜਾਂਦਾ ਹੈ ਆਤਮਾ ਦੇ ਤਲ ਤੇ ਖਬਰ ਨਹੀਂ ਹੁੰਦੀ ਹੈ ਮੁਕਤ ਹੋ ਗਏ ਜੀਵਨ ਮੁਕਤ ਸੋ ਆਖੀ ਹੈ ਮਰ ਜੀਵ ਹੈ ਮਰਿਆ ਉਹ ਜੀਵਨ ਮੁਕਤ ਹੋ ਜਾਂਦੇ ਨੇ ਔਰ ਮੁਕਤੀ ਜੀਵਨ ਮੁਕਤ ਹੀ ਹੈ ਤੇ ਜ਼ਿੰਦਗੀ ਦੁੱਖਾਂ ਵਿੱਚ ਗੁਜ਼ਰ ਰਹੀ ਹੈ ਸਭ ਕੁਝ ਹੁੰਦਿਆਂ ਵੀ ਦੁੱਖ ਚੱਲ ਰਹੇ ਨੇ ਫਿਰ ਅੱਗੇ ਕਿਹੜੀ ਮੁਕਤੀ ਦੀ ਆਸ ਵਿੱਚ ਮਨੁੱਖ ਬੈਠਾ ਹੈ ਕਿਹੜੀ ਮੁਕਤੀ ਪ੍ਰਾਪਤ ਮੁਕਤ ਦੇ ਹੋਣਾ ਇਸ ਦੀ ਜੀਵ ਆਤਮਾ ਨੇ ਤੇ ਉਹਦੋਂ ਮੁਕਤ ਹੋਣ ਵਾਸਤੇ ਸ਼ਰੀਰ ਚਾਹੀਦਾ ਹੈ ਬਿਨਾਂ ਸ਼ਰੀਰ ਤੋਂ ਮੁਕਤ ਨਹੀਂ ਹੋ ਸਕਦੀ ਉਹ ਇਸ ਕਰਕੇ ਭਗਤ ਜੀ ਕਹਿੰਦੇ ਨੇ ਗੁਰਬਾਣੀ ਵਿੱਚ ਬੈਣੀ ਕਹੈ ਸੁਣੋ ਰੇ ਭਗਤੋ ਮਰਨ ਮੁਕਤ ਕਿੰਨ ਪਾਈ ਮਰਨ ਤੋਂ ਪੁੱਛੇ ਕਿਹੜੀ ਮੁਕਤੀ ਦੀ ਆਸ ਕਰਦੇ ਹੋ ਉਹੀ ਮੁਕਤੀ ਨਹੀਂ ਹੈ ਮੁਕਤ ਤੇ ਇਹ ਹੈ ਤੂੰ ਜ਼ਿੰਦਗੀ ਦੇ ਵਿੱਚ ਰਹਿੰਦਿਆਂ ਵੀ ਇਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਰਹਿੰਦਿਆਂ ਵੀ ਮੁਕਤ ਹੋ ਜਾਏ ਹੁਣ ਇਸ ਕਰਕੇ ਮੁਕਤੀ ਦੇ ਮਾਰਗ ਨੂੰ ਭਾਰਤ ਵਿੱਚ ਸੋਚ ਲਿਆ ਗਿਆ ਘਰ ਛੱਡਣਾ ਅਸੀਂ ਕਹਿ ਦਿੰਨੇ ਆ ਅੱਜ ਅੱਜ ਕਿਸੇ ਦੀ ਵਡਿਆਈ ਸੁਣੀ ਹੈ ਨਾ ਬੜਾ ਵੱਡਾ ਸਾਧੂ ਹੈ ਕਿਉਂ ਪੈਰੀ ਚੱਪਲ ਹੀ ਨਹੀਂ ਪਾਉਂਦਾ ਹੈ ਬਹੁਤ ਵੱਡਾ ਸਾਧੂ ਉਹ ਤੇ ਰੋਟੀ ਨਹੀਂ ਖਾਂਦਾ ਹੈ ਬੜਾ ਵੱਡਾ ਸਾਧੂ ਹੈ ਮਹਾਰਾਜ ਆਸਾਦੀ ਵਾਰ ਚ ਕਹਿੰਦੇ ਨੇ ਜੇ ਪੈਰਾਂ ਵਿੱਚ ਜੁੱਤੀ ਹੋਈ ਨਹੀਂ ਪਾਣੀ ਹੈ ਇਹੀ ਸਾਧੂ ਦੀ ਨਿਸ਼ਾਨੀ ਹੈ ਫਿਰ ਤੇ ਯਾਦ ਰੱਖੋ ਜਿੰਨੇ ਵੀ ਪਸ਼ੂ ਪੰਛੀ ਤੁਰੇ ਫਿਰਦੇ ਨੇ ਇਹਨਾਂ ਕਿਹੜਾ ਜੋੜੇ ਬਣਵਾਏ ਨੇ ਇਹ ਤੇ ਸਾਰੇ ਹੀ ਮੁਕਤ ਨਹੀਂ ਫਿਰ ਜੇ ਰੋਟੀ ਨਾ ਖਾਣਾ ਹੀ ਮਨੁੱਖ ਦੀ ਜ਼ਿੰਦਗੀ ਦਾ ਮੁਕਤੀ ਦਾ ਸਾਧਨ ਹੈ ਫਿਰ ਤੇ ਬਹੁਤ ਸੌਖਾ ਹੈ ਦੋ ਦਿਨ ਰੋਟੀ ਨਾ ਖਾਓ ਮੁਕਤ ਹੋ ਜਾਵਾਂਗੇ ਫਿਰ ਪ੍ਰਮਾਤਮਾ ਨੇ ਰੋਟੀ ਬਣਾਈ ਕਿਉਂ ਹੈ ਇਹ ਸਾਧਨ ਨਹੀਂ ਹਨ ਆ ਇੱਕ ਗੱਲ ਹੋ ਸਕਦੀ ਹੈ ਸੰਜਮ ਹੋਣਾ ਚਾਹੀਦਾ ਹੈ ਉਹ ਵੱਖਰੀ ਗੱਲ ਹੈ ਖਾਣੇ ਦੇ ਉੱਤੇ ਸੰਜਮ ਹੋਣਾ ਚਾਹੀਦਾ ਹੈ ਆਪਣੇ ਕਰਮਾਂ ਦੇ ਉੱਤੇ ਸੰਜਮ ਹੋਣਾ ਚਾਹੀਦਾ ਉਹ ਵੱਖਰੀ ਗੱਲ ਹੈ ਇਸ ਕਰਕੇ ਦੁਨੀਆ ਦੇ ਵਿੱਚ ਤੇ ਇਹ ਪਹਿਚਾਣ ਹੀ ਬਣਾ ਲਈ ਗਈ ਕਿ ਜਿਹੜਾ ਮਨੁੱਖ ਇਹ ਤੇ ਮਾਇਆ ਨੂੰ ਹੱਥ ਹੀ ਨਹੀਂ ਲਾਉਂਦੇ ਹਨ ਇਹਨਾਂ ਨੇ ਸਾਰੀ ਉਮਰ ਹੀ ਪੈਸੇ ਨੂੰ ਹੱਥ ਨਹੀਂ ਲਾਇਆ ਤੇ ਜਿਹੜੀ 2 ਕਰੋੜ ਦੀ ਗੱਡੀ ਆ ਉਹਦੇ ਵਿੱਚ ਬੈਠੇ ਰਹਿੰਦੇ ਨੇ ਉਹ ਪੈਸਿਆਂ ਦੀ ਹੁੰਦੀ ਹੈ ਕਿ ਬਿਨਾਂ ਪੈਸੇ ਤੋਂ ਹੁੰਦੀ ਹੈ ਜਿਹੜੀ ਰੋਟੀ ਖਾ ਰਹੇ ਨੇ ਫਰੂਟ ਖਾ ਰਹੇ ਨੇ ਹੋਰ ਚੀਜ਼ਾਂ ਖਾ ਰਹੇ ਹਨ ਉਹ ਜਿਹੜਾ ਉਹ ਬਿਨਾਂ ਪੈਸਿਆਂ ਦਾ ਆਉਂਦਾ ਪੈਸੇ ਨੂੰ ਤੇ ਹੱਥ ਲੱਗ ਗਿਆ ਇੰਡਾਇਰੈਕਟਲੀ ਲੱਗ ਗਿਆ ਇਹ ਬੜੀ ਗੰਭੀਰਤਾ ਦੀਆਂ ਗੱਲਾਂ ਹਨ ਮਨੁੱਖ ਉਤੋਂ ਉਤੋਂ ਪ੍ਰਭਾਵਿਤ ਹੋ ਜਾਂਦਾ ਹੈ ਇਹ ਜੇ ਇਹ ਮੁਕਤੀ ਦੀਆਂ ਨਿਸ਼ਾਨੀਆਂ ਨੇ ਫਿਰ ਤੇ ਬਹੁਤ ਸੌਖਾ ਹੈ ਫਿਰ ਤੇ ਜੱਪ ਤਪ ਕਰਨ ਦੀ ਕੋਈ ਲੋੜ ਨਹੀਂ ਦੋ ਜਨ ਰੋਟੀ ਛੱਡਾਂਗੇ ਚਾਰ ਦਿਨ ਨੰਗੇ ਪੈਰੀ ਚੱਲ ਪਾਵਾਂਗੇ ਤੇ ਮੁਕਤ ਹੋ ਜਾਵਾਂਗੇ ਬਾਣੀ ਦੇ ਵਿੱਚ ਮਹਾਰਾਜ ਦੇ ਪੱਗੋਂ ਊਪੇ ਤਾਣਾ ਆਪਣਾ ਕੀਆ ਕਮਾਣਾ ਪੈਰਾਂ ਤੋਂ ਨੰਗਾ ਰਹਿ ਲਏਗਾ ਕੰਡੇ ਵੱਜਣਗੇ ਆਪਣਾ ਕੀਤਾ ਕਮਾਏਗਾ ਅੰਨ ਨਾ ਖਾਇਆ ਸਾਧ ਗਵਾਇਆ ਮਹਾਰਾਜ ਕਿਨੇ ਰੋਟੀ ਨਾ ਖਾਏਗਾ ਕੀ ਹੋਏਗਾ ਸਵਾਦ ਗਵਾ ਬੈਠੇਗਾ ਏਡੇ ਵੱਡੇ ਰੱਬ ਨੇ ਸੁਆਦਿਸ਼ਟ ਪਦਾਰਥ ਬਣਾਏ ਨੇ ਕਿੰਨਾ ਵਾਸਤੇ ਬਣਾਏ ਨੇ ਮਨੁੱਖਾਂ ਵਾਸਤੇ ਹੀ ਬਣਾਏ ਨੇ ਇਸ ਕਰਕੇ ਇਹ ਨਹੀਂ ਐ ਤੂੰ ਪਦਾਰਥ ਛੱਡ ਦੇ ਘਰ-ਬਾਰ ਛੱਡ ਦੇ ਜੇ ਘਰ-ਬਾਰ ਛੱਡਣਾ ਹੀ ਮੁਕਤੀ ਹੈ ਫਿਰ ਬੜਾ ਸੋਖਾ ਹੈ ਫਿਰ ਤੇ ਬਹੁਤ ਪ੍ਰੈਸ ਕਰਕੇ ਇਹਨੇ ਕਿਸੇ ਮਨੁੱਖ ਦੇ ਕੋਲ ਕੋਈ ਮਨੁੱਖ ਗਿਆ ਇਹਨੇ ਮੈਂ ਸਾਧੂ ਬਣਨਾ ਹੈ ਇਹਨੇ ਸਾਧੂ ਬਣਨਾ ਹੈ ਕਿ ਹੋਣਾ ਹੈ ਦੋ ਚੀਜ਼ਾਂ ਨੇ ਜੇ ਤੇ ਸਾਧੂ ਬਣਨਾ ਹੈ ਫਿਰ ਤੇ 15 ਮਿੰਟਾਂ 'ਚ ਤੈਨੂੰ ਬਣਾ ਦੇਾਂਗੇ ਜੇ ਹੋਣਾ ਹੈ ਇਹ ਸਾਰੀ ਉਮਰ ਲੱਗ ਜਾਂਦੀ ਹੈ ਜੇ ਬਣਨਾ ਹੈ ਫਿਰ ਤਾਂ ਕੋਈ ਔਖਾ ਨਹੀਂ ਆ ਜਾ ਤੂੰ ਇਧਰ ਤੈਨੂੰ ਵਸਤਰ ਪਵਾ ਦਨੇ ਆ ਸਾਧੂਆਂ ਵਾਲੇ ਜਿਹੜਾ ਚੋਲਾ ਹੈ ਉਹ ਪਵਾ ਦਨੇ ਆ ਤੇ ਤੁਰਿਆ ਫਿਰ ਦੁਨੀਆ ਦੇ ਵਿੱਚ ਤੈਨੂੰ ਸਾਰੇ ਸਾਧੂ ਹੀ ਕਹਿਣਗੇ ਜੇ ਹੋਣਾ ਹੈ ਫਿਰ ਉਹ ਮੁਸ਼ਕਲ ਹੈ ਮਨ ਅਸਾਧ ਸਾਧੈ ਜਨਕ ਹੋਏ ਮਨ ਅਸਾਧ ਹੈ ਜਿਸ ਨੇ ਇਹਨੂੰ ਸਾਧ ਲਿਆ ਉਹਨੂੰ ਹੀ ਸਾਧੂ ਕਿਹਾ ਜਾਂਦਾ ਕੋਈ ਸਾਧੂ ਬਣਨਾ ਮੈਂ ਬੜੀ ਵੈਰੀ ਬੇਨਤੀ ਕੀਤੀ ਬਾਹਰੀ ਤੌਰ ਤੇ ਰੱਬ ਦਾ ਭਗਤ ਬਣ ਜਾਣਾ ਇੱਕ ਸ਼ਿੰਗਾਰ ਹੈ 15-20 ਮਿੰਟਾਂ ਚ ਹੋ ਜਾਂਦਾ ਹੈ ਅੰਦਰੀ ਤੌਰ ਤੇ ਅੰਤਰੀਵੀ ਤੌਰ ਤੇ ਪ੍ਰਮਾਤਮਾ ਦਾ ਭਗਤ ਬਣ ਜਾਣਾ ਉਸ ਦੇ ਨਾਲ ਪ੍ਰੇਮ ਪੈਦਾ ਹੋ ਜਾਣਾ ਸਾਧ ਸੰਗਤ ਇਹ ਸਾਧਨਾ ਹੈ ਇਹ ਤੇ ਬੜੀ ਮੁਸ਼ਕਤ ਹੈ ਜਿਨਹੀਂ ਨਾਮ ਧਿਆਇਆ ਗਏ ਮੁਸ਼ਕਤ ਕਾ ਹਾਲ ਬਾਣੀ ਕਹਿੰਦੀ ਮੁਸ਼ਕਤ ਮਿਹਨਤ ਹੈ ਮਿਹਨਤ ਕਰਨੀ ਬਾਕੀ ਕੰਮਾਂ 'ਚ ਮਿਹਨਤ ਕਰਦੇ ਆਂ ਕਿ ਰੱਬ ਦੇ ਮਾਰਗ ਤੇ ਮਿਹਨਤ ਨਹੀਂ ਐ ਮਿਹਨਤ ਹੈ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ ਨਾਨਕ ਤੇ ਮੁਖ ਉਜਲੇ ਉਹਨਾਂ ਦੇ ਮੁਖ ਉਜਲ ਹੋ ਜਾਂਦੇ ਨੇ ਦੁੱਖ ਸੁੱਖ ਤੋਂ ਉੱਤੇ ਆਤਮਿਕ ਮੁਕਤੀ ਵਿੱਚ ਪਹੁੰਚ ਜਾਂਦੇ ਨੇ ਕੇਤੀ ਛੁੱਟੀ ਨਾਲ ਉਹ ਕੱਲੇ ਹੀ ਮੁਕਤ ਨਹੀਂ ਹੋਏ ਪਤਾ ਨਹੀਂ ਕਿੰਨਿਆਂ ਨੂੰ ਨਾਲ ਛਡਾ ਦਿੱਤਾ ਕਿੰਨਿਆਂ ਨੂੰ ਮੁਕਤ ਕਰਾ ਦਿੱਤਾ ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹੋ ਹਰ ਰਸ ਪਾਵੈ ਜਨ ਕੋਏ ਕੋਈ ਕੋਈ ਪੌਂਦਾ ਹੈ। ਅੰਮ੍ਰਿਤ ਪੀਵੈ ਅਮਰ ਸੋ ਹੋਏ। ਇੱਕ ਜੀਵਨ ਹੈ ਸਰੀਰ ਦਾ ਜੀਵਨ ਸਿਰਫ ਸਰੀਰ ਦੇ ਤਲ ਤੇ। ਇੱਕ ਜੀਵਨ ਹੈ ਆਤਮਾ ਦੇ ਤਲ ਤੇ ਜੀਵ ਆਤਮਾ ਦੇ ਉਹਦਾ ਸੁਰਤ ਦੇ ਤਲ ਤੇ ਸੁਰਤ ਦਾ ਸ਼ਬਦ ਨਾਲ ਮਲਾਪ ਹੋਏ। ਸੁਰਤ ਦਾ ਮਤਲਬ ਹੁੰਦਾ ਹੈ ਸਾਧ ਸੰਗਤ ਸੁਣਨਾ। ਸੁਰਤ ਦਾ ਮਤਲਬ। ਸੁਰਤदाई ਮਤਲਬ ਹੁੰਦਾ ਹੈ ਸਮਝਣਾ। ਜਿਵੇਂ ਜਿਵੇਂ ਮਨੁੱਖ ਦੀ ਬੁੱਧੀ ਵਿਕਾਰਾਂ ਤੋਂ ਦੂਰ ਹੋਏਗੀ ਸੁਣਨਾ ਗਹਿਰਾ ਹੋ ਜਾਏਗਾ ਇਹ ਗੱਲ ਯਾਦ ਰੱਖਣਾ ਇਸ ਨੂੰ ਇਹ ਕਹਿੰਦੇ ਨੇ ਹੁਣ ਸੁਰਤ ਹੈ ਜਿਹੜੀ ਇਹਦੀ ਸ਼ਬਦ ਨਾਲ ਜੁੜਨੀ ਸ਼ੁਰੂ ਹੋ ਗਈ ਹੈ ਫਿਰ ਤੁਸੀਂ ਇੱਕ ਘੰਟੇ ਦਾ ਵੀ ਕੀਰਤਨ ਸਰਵਣ ਕਰੋਗੇ ਮਨੁੱਖ ਇੱਕ ਘੰਟਾ ਵੀ ਕੀਰਤਨ ਸੁਨੇਗਾ ਇੱਕ ਇੱਕ ਬੋਲ ਉਹਦੇ ਅੰਦਰ ਬੈਠ ਜਾਏਗਾ ਇਹਨੂੰ ਕਹਿੰਦੇ ਨੇ ਇਹਦੀ ਸੁਰਤ ਦਾ ਸ਼ਬਦ ਨਾਲ ਮਲਾਪ ਹੋਣਾ ਸ਼ੁਰੂ ਹੋਵੇਗਾ ਸੁਰਤ ਗਹਿਰੀ ਹੁੰਦੀ ਜਾਏਗੀ ਸੁਰਤ ਸ਼ਬਦ ਸਮਝਣਾ ਸੁਰਤ ਸ਼ਬਦ ਸੁਣਨਾ ਤੇ ਮਹਾਰਾਜ ਕਹਿੰਦੇ ਜੇ ਦੀ ਇੰਨੀ ਗਹਿਰੀ ਸਰੋਤ ਹੋ ਜਾਂਦੀ ਹੈ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਧਵਲ ਆਕਾਸ਼ ਸੁਣਿਆ ਦੀਪ ਲੋਪ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਦਾਸ ਸੁਰਤ ਗਹਿਰੀ ਹੋ ਗਈ ਇਹਨੂੰ ਕਹਿੰਦੇ ਨੇ ਹੁਣ ਸੁਣਨ ਮਾਤਰ ਦੇ ਨਾਲ ਮਨੁੱਖ ਉਸ ਪਦਵੀਆਂ ਤੇ ਪਹੁੰਚ ਜਾਂਦਾ ਹੈ ਜਿਹੜੀ ਪਦਵੀਆਂ ਤੇ ਸਿੱਧ ਪਹੁੰਚਦੇ ਨੇ ਪੀਰ ਪਹੁੰਚ ਜਾਂਦੇ ਨੇ ਸ਼ਬਦ ਨੂੰ ਸੁਣਨਾ ਹੁਣ ਇਹ ਇੱਕ ਸਾਧਨਾ ਹੈ ਹੌਲੀ ਹੌਲੀ ਮਨ ਇੱਥੇ ਟਿਕਦਾ ਹੈ ਇੱਕਦਮ ਨਹੀਂ ਟਿਕਦਾ ਦੁਨੀਆ ਵਿੱਚ ਉਹ ਫਿਰ ਉਹ ਕਹਿੰਦਾ ਹੈ ਜਿਹੜਾ ਸਾਧੂ ਦੇ ਕੋਲ ਗਿਆ ਕਹਿੰਦਾ ਕਹਿੰਦਾ ਜੇ ਤੂੰ ਹੋਣਾ ਹੈ ਨਾ ਦੁਨੀਆ ਦੇ ਵਿੱਚ ਜਿਹੜੀ ਵੀ ਚੀਜ਼ ਹੁੰਦੀ ਹੈ ਵੱਡੀ ਚੀਜ਼ ਹੁੰਦੀ ਹੈ ਹੌਲੀ-ਹੌਲੀ ਹੁੰਦੀ ਹੈ ਦੁਨੀਆ ਵਿੱਚ ਮਹਾਰਸ ਪ੍ਰਾਪਤ ਹੋਏਗਾ ਹੌਲੀ-ਹੌਲੀ ਹੋਏਗਾ ਇੱਕੋਦਮ ਨਹੀਂ ਲਗਾਤਾਰ ਤੁਰਨਾ ਪਏਗਾ ਮਿਹਨਤ ਦਾ ਮਾਰਗ ਹੈ ਲਗਾਤਾਰ ਤੁਰਨਾ ਪਏਗਾ ਨਾ ਦਿਨ ਵੇਖਣਾ ਹੈ ਨਾ ਰਾਤ ਵੇਖਣਾ ਹੈ ਤੁਰਨਾ ਪੈਣਾ ਹੈ ਮਿਹਨਤ ਕਰਨੀ ਪੈਣੀ ਹੈ ਕਹਿੰਦੇ ਯਾਦ ਰੱਖੀ ਜਿਵੇਂ-ਜਿਵੇਂ ਮਿਹਨਤ ਕਰੇਗਾ ਤੇਰਾ ਮਨ ਗਹਿਰਾ ਹੋ ਜਾਏਗਾ ਸੁਰਤ ਗਹਿਰੀ ਹੋ ਜਾਏਗੀ ਪਾਪ ਦੂਰ ਹੋਣਗੇ ਸ਼ਬਦ ਅੰਦਰ ਨਿਵਾਸ ਕਰ ਜਾਏਗਾ ਮਹਾਰਾਜ ਕੇ ਅੰਮ੍ਰਿਤ ਪੀਵੈ ਅਮਰ ਸਹੋਏ ਉਸ પુરੁਖਤਾ ਨਾਹੀ ਕਦੇ ਬినాਸ਼ ਜਾ ਕੈ ਮਨ ਪ੍ਰਗਟੇ ਗੁਣਤਾਸ ਉਸ ਦਾ ਫਿਰ ਕਦੀ ਨਾਸ਼ ਨਹੀਂ ਹੁੰਦਾ ਸ਼ਰੀਰ ਦਾ ਤੇ ਨਾਸ਼ ਹੁੰਦਾ ਹੈ ਸ਼ਰੀਰ ਸਭ ਧਾਈ ਜਾਂਦਾ ਹੈ ਰਾਮ ਗਏ ਰਾਵਣ ਗਏ ਜਾਕੋ ਬਹੁ ਪਰਵਾਰ ਬਦੀ ਵਾਲੇ ਦਾ ਸ਼ਰੀਰ ਵੀ ਜਾਂਦਾ ਹੈ ਨਿੱਕੀ ਵਾਲੇ ਦਾ ਸ਼ਰੀਰ ਵੀ ਜਾਂਦਾ ਹੈ ਸ਼ਰੀਰ ਕਰਕੇ ਕੁਝ ਵੀ ਇੱਥੇ ਨਹੀਂ ਰਹਿੰਦਾ ਪਰ ਆਤਮਾ ਕਰਕੇ ਉਹ ਮਨੁੱਖ ਮੁਕਤ ਹੋ ਜਾਂਦੇ ਨੇ ਬਾਰ-ਬਾਰ ਜਨਮ ਤੇ ਮਰਨ ਵਿੱਚੋਂ ਨਹੀਂ ਹੁੰਦੇ ਬਾਰ ਕਿਉਂਕਿ ਉਹਨਾਂ ਦੇ ਅੰਦਰੋਂ ਡਰ ਨਿਕਲ ਜਾਂਦੇ ਨੇ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ ਜਿਉਂਦੇ ਜੀ ਹਰੇਕ ਮਨੁੱਖ ਚਿੰਤਾ ਵਿੱਚ ਆਪਕਸਰ ਗੱਲ ਕਰ ਇਹ ਕਰਦੇ ਆ ਡਰ ਵਿੱਚ ਜੀ ਰਿਹਾ ਹੈ ਤੋਖਲੇ ਵਿੱਚ ਜੀ ਰਿਹਾ ਹੈ ਚਿੰਤਾ ਵਿੱਚ ਜੀ ਰਿਹਾ ਹੈ ਕਾਰਨ ਕੀ ਹੈ ਇਸ ਦੀ ਹਉਮੈ ਹਉਮੈ ਹੀ ਅਗਿਆਨ ਹੈ ਇਹ ਆਪਣੇ ਆਪ ਨੂੰ ਕੁਝ ਸਮਝਦਾ ਹੈ ਆਪਣੀ ਹਸਤੀ ਕੁਝ ਸਮਝਦਾ ਹੈ ਪਰ ਇਹਦੀ ਕੋਈ ਵੀ ਹਸਤੀ ਨਹੀਂ ਹੈ ਮਨੁੱਖ ਰੋਜ਼ ਰੋਜ਼ ਆਪਣੀ ਹਸਤੀ ਪੱਕੀ ਕਰ ਰਿਹਾ ਹੈ ਦੁਨੀਆ ਤੇ ਜਿੰਨੇ ਵੀ ਇਹ ਕਰਮ ਕਰਦਾ ਹੈ ਆਪਣੀ ਹਸਤੀ ਨੂੰ ਪੱਕਾ ਕਰਨ ਵਾਸਤੇ ਤੇ ਇੱਕ ਜਿਗਿਆਸੂ ਜਿੰਨੇ ਵੀ ਕਰਮ ਕਰਦਾ ਹੈ ਪਰਮਾਤਮਾ ਦੀ ਹਸਤੀ ਨੂੰ ਆਪਣੇ ਮਨ ਵਿੱਚ ਪੱਕਾ ਕਰਨ ਵਾਸਤੇ ਫਰਕ ਸਿਰਫ ਇਨਾ ਹੈ ਇੱਕ ਸਤ ਸੰਗਤੀ ਮਨੁੱਖ ਹੈ ਉਹ ਆਪਣੀ ਸੁਰਤ ਨੂੰ ਗਹਿਰਾਈ ਦੇ ਵਿੱਚ ਲੈ ਜਾ ਰਿਹਾ ਹੈ ਰੋਜ਼ ਰੋਜ਼ ਕਿਉਂ ਮੇਰੀ ਹਸਤੀ ਮਿਟ ਜਾਏ ਪਰਮਾਤਮਾ ਦੀ ਹਸਤੀ ਰਹਿ ਜਾਏ ਬਸ ਮੈਂ ਕੁਛ ਨਹੀਂ ਆ ਇਹ ਪੱਕਾ ਹੋ ਜਾਏ ਫਿਰ ਉਹਦੇ ਗੁਣ ਨੇ ਜਿਹੜੇ ਪਰਮਾਤਮਾ ਦੇ ਗੁਣ ਗਾਉਂਦਿਆਂ ਗਾਉਂਦਿਆਂ ਉਸ ਦੇ ਵਿੱਚ ਪਰਮਾਤਮਾ ਦੇ ਗੁਣ ਪ੍ਰਵੇਸ਼ ਕਰ ਜਾਂਦੇ ਨੇ ਨਿਰਪਉ ਹੋ ਜਾਏਗਾ ਨਿਰਵੈਰ ਹੋ ਜਾਏਗਾ ਇਹ ਗੁਣ ਪ੍ਰਗਟ ਹੋ ਜਾਣਗੇ ਉਸ ਦੇ ਨਾ ਤੇ ਕਿਸੇ ਤੋਂ ਡਰਦਾ ਹੈ ਨਾ ਡਰਾਉਂਦਾ ਹੈ ਕਿਸੇ ਨਾਲ ਕੋਈ ਵੈਰ ਨਹੀਂ ਹੈ ਆਪਣੇ ਆਪ ਨੂੰ ਆਪਣੇ ਆਪ ਨੂੰ ਹਰ ਥਾਂ ਤੇ ਰਮਿਆ ਜਾਣ ਲੈਂਦਾ ਹੈ ਜੋ ਮੇਰੇ ਵਿੱਚ ਹੈ ਉਹ ਸਾਰਿਆਂ ਵਿੱਚ ਹੈ ਇਹ ਉਹਨੂੰ ਪਤਾ ਲੱਗ ਜਾਂਦਾ ਜੋ ਮੇਰੇ ਅੰਦਰ ਨਿਵਾਸ ਬੋਲ ਰਿਹਾ ਹੈ ਉਹ ਸਾਰਿਆਂ ਵਿੱਚ ਬੋਲ ਰਿਹਾ ਹੈ ਔਰ ਮੈਂ ਅੰਤ ਦੇ ਵਿੱਚ ਇਹ ਵੀ ਕਹਿ ਦਿਆਂ ਉਹਨੂੰ ਤੇ ਫਿਰ ਦੁਨੀਆ ਖੇਡ ਹੀ ਜਾਂਪਦੀ ਹੈ ਇਸ ਤੋਂ ਵੱਡ ਹੈ ਵੀ ਕੁਝ ਨਹੀਂ ਉਹ ਕਹਿੰਦਾ ਨਹੀਂ ਇਹ ਦੁਨੀਆ ਤੇ ਪ੍ਰਮਾਤਮਾ ਦੀ ਖੇਡ ਹੈ ਔਰ ਕੁਝ ਵੀ ਨਹੀਂ ਹੈ ਮੈਨੂੰ ਡਰਨ ਦੀ ਲੋੜ ਨਹੀਂ ਹੈ ਕੰਮ ਤੇ ਉਹ ਕਰ ਰਿਹਾ ਹੈ ਸਾਰਾ ਅਵੇਂ ਮਹਾਰਾਜ ਬਾਣੀ ਵਿੱਚ ਤੇ ਕਹਿੰਦੇ ਨੇ ਕਾਹੇ ਰੇ ਮਨ ਚਿਤਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤੁ ਪਾਏ ਤਾਕਾ ਰਿਜਕ ਆਗੈ ਕਰਤ ਰਿਆ हे ਮਨੁਖ ਤੂੰ ਆਪਣੇ ਮਨ ਦੇ ਵਿੱਚ ਕਿਉਂ ਸਾਰਾ ਦਿਨ ਉਦਮ ਹੀ ਚਿਤਵੀ ਜਾਨਾ ਹੈ ਮੈਂ ਆ ਨਾ ਕਰਾਂਗਾ ਤੇ ਆ ਹੋ ਜਾਏਗਾ ਉਦਮ ਤੇ ਕਰ ਚਿੰਤਾ ਨਾ ਕਰ ਉਦਮ ਕਰਨਾ ਤੇ ਮਨੁਖ ਦਾ ਫਰਜ਼ ਹੈ ਕਰ ਉਦਮ ਪਰ ਉਦਮਾ ਦੇ ਵਿੱਚ ਇਹ ਨਾ ਸੋਚ ਮੈਂ ਕਰਨਾ ਹੈ ਤੂੰ ਉਦਮ ਕਰ ਬਾਣੀ ਕਹਿੰਦੀ ਬਾਕੀ ਕੰਮ ਉਹ ਕਰੇਗਾ ਉਹ ਕਰ ਰਿਹਾ ਹੈ ਸਾਰਾ ਦਿਨ ਇਹ ਉਹਦਾ ਖੇਡ ਹੈ ਦੁਨੀਆ ਉਹ ਸਾਰੇ ਕਰਮ ਕਰ ਰਿਹਾ ਹੈ ਆਪ ਸਾਰਿਆਂ ਵਿੱਚ ਬੈਠਾ ਸਾਰਿਆਂ ਨੂੰ ਪਾਲ ਰਿਹਾ ਹੈ ਪਰ ਮੈਂ ਬੜੀ ਬਰੀ ਇਹ ਉਦਾਹਰਨ ਆਪ ਜੀ ਦੇ ਸਾਹਮਣੇ ਰੱਖਿਆ ਹੈ ਸਾਧ ਸੰਗ ਸਾਰਿਆਂ ਵਿੱਚ ਸਭ ਨੂੰ ਕਿਵੇਂ ਪਾਲਦਾ ਹੈ ਇੱਕ ਮਨੁੱਖ ਦੀ ਜੇਬ ਚੋਂ 1000 ਰੁਪਇਆ ਡਿੱਗਦਾ ਹੈ ਕੋਈ ਮਨੁੱਖ ਨਰਾਸ਼ ਹੋਇਆ ਹੋਏ ਨਾ ਪਰਮਾਤਮਾ ਮੈਨੂੰ ਪੈਸੇ ਚਾਹੀਦੇ ਨੇ ਉਹਦੀ ਜੇਬ ਚੋਂ ਡਿੱਗ ਜਾਂਦਾ ਹੈ ਪਿੱਛੇ ਪਿੱਛੇ ਉਹ ਆ ਰਿਹਾ ਉਹ ਜਾਰ ਵਿੱਚ ਚੁੱਕ ਲੈਂਦਾ ਹੈ ਉੱਥੋਂ ਡਗਾਉਂਦੇ ਨੇ ਉਹਨੂੰ ਦਵਾਉਂਦੇ ਨੇ ਐਵੇਂ ਕਰਦਾ ਸਾਰਾ ਦਿਨ ਸਾਰਾ ਦਿਨ ਦੁਨੀਆ 'ਚ ਐਵੇਂ ਹੀ ਕਰ ਰਿਹਾ ਰੱਬ ਕਿਸੇ ਤੋਂ ਖੋ ਰਿਹਾ ਕਿਸੇ ਨੂੰ ਦੇ ਰਿਹਾ ਕਿਸੇ ਨੂੰ ਦੇ ਰਿਹਾ ਕਿਸੇ ਤੋਂ ਖੋ ਰਿਹਾ ਸਾਰਾ ਦਿਨ ਐਵੇਂ ਹੀ ਚੱਲ ਰਿਹਾ ਹੈ ਮਹਾਰਾਜ ਬਾਣੀ ਵਿੱਚ ਵੀ ਕਹਿੰਦੇ ਨੇ ਨਾ ਕਰ ਚਿੰਤ ਚਿੰਤਾ ਹੈ ਕਰਤੇ ਉਹ ਕਰ ਰਿਹਾ ਹੈ ਸਾਰਿਆਂ ਦੀ ਚਿੰਤਾ ਪਰ ਮਨੁੱਖ ਨੇ ਆਪਣੀ ਹਸਤੀ ਬਣਾ ਲਈ ਹੈ ਕੰਨ ਕਰਕੇ ਲੋਕ ਕਹਿੰਦੇ ਫਲਾਣੇ ਸਿੰਘ ਨੇ ਬੜੀ ਮਿਹਨਤ ਕੀਤੀ ਹੈ ਹੁਣ ਜਿਹੜਾ ਉਹਦਾ ਨਾਮ ਜੁੜ ਗਿਆ ਹੈ ਨਾ ਨਾਲ ਇਹ ਨਾਮ ਉਹਨੂੰ ਪਰੇਸ਼ਾਨ ਕਰਦਾ ਹੈ ਨਾਮ ਉਹਨੂੰ ਛੁੱਟਣ ਹੀ ਨਹੀਂ ਦਿੰਦਾ ਮਹਾਰਾਜ ਕਹਿੰਦੇ ਇਹਨੂੰ ਕਹਿੰਦੇ ਨੇ ਅਚੇਤ ਅਵਸਥਾ ਮਨੁੱਖ ਅਚੇਤ ਹੋ ਕੇ ਜੀ ਰਿਹਾ ਹੈ ਨਸ਼ੇ ਵਿੱਚ ਜੀ ਰਿਹਾ ਹੈ ਹਉ ਮੇਦੇ ਨਸ਼ੇ ਵਿੱਚ ਜੀ ਰਿਹਾ ਪ੍ਰਾਨੀ ਕਛੂ ਨਾ ਚੇਤਾਈ ਮਦ ਮਾਇਆ ਕੈ ਅੰਧ ਉਹਨੂੰ ਪਰਮਾਤਮਾ ਦੀ ਹਸਤੀ ਛੋਟੀ ਜਾਪਦੀ ਹੈ ਆਪਣੀ ਹਸਤੀ ਵੱਡੀ ਜਾਪਦੀ ਹੈ ਉਨੂੰ ਇਹ ਲੱਗਦਾ ਰਹਿੰਦਾ ਹੈ ਮੈਂ ਕੁਝ ਕਰਨਾ ਹੈ ਆਪਣੀ ਹਸਤੀ ਵੱਡੀ ਜਾਂਪਦੀ ਹੈ ਕਹਿੰਦੇ ਇੱਕ ਵਾਰੀ ਅਕਬਰ ਰਾਜਾ ਨੰਗ ਰਿਆ ਸੀ ਕੋਈ ਮਨੁੱਖ ਖੜਾ ਛੱਤ ਦੇ ਉੱਤੇ ਗਾਲ੍ਹਾਂ ਕੱਢਣ ਲੱਗ ਪਿਆ ਰਾਜੇ ਨੂੰ ਅਗਲੇ ਦਿਨ ਉਹਨੂੰ ਫੜ ਕੇ ਪੇਸ਼ੀ ਲੈ ਕੇ ਰਾਜੇ ਦੇ ਸਾਹਮਣੇ ਕਹਿੰਦੇ ਪਕੜੋ ਇਹਨੂੰ ਇਹਨੇ ਰਾਤ ਗਾਲ੍ਹਾਂ ਕੱਢੀਆਂ ਨੇ ਰਾਜੇ ਨੂੰ ਇਹਨੇ ਦੱਸ ਪਾਈ ਤੂੰ ਗਾਲ੍ਹਾਂ ਕਿਉਂ ਕੱਢਦਾ ਸੀ ਕਹਿੰਦੇ ਰਾਜਾ ਮੈਂ ਗਾਲ੍ਹਾਂ ਨਹੀਂ ਕੱਢੀਆਂ ਇਹਨੇ ਕਿਉਂ ਕਹਿੰਦੇ ਮੈਂ ਨਸ਼ੇ ਵਿੱਚ ਸੀ ਮੈਨੂੰ ਪਤਾ ਨਹੀਂ ਲੱਗਾ ਮੈਂ ਤੇ ਅਚੇਤ ਸੀ ਕਹਿੰਦੇ ਅਚੇਤ ਸੀ ਕਹਿੰਦੇ ਚੱਲ ਤੂੰ ਤੇ ਅਚੇ ਸੀ ਤੈਨੂੰ ਹੁਣ ਕੀ ਤੈਨੂੰ ਪਤਾ ਹੀ ਨਹੀਂ ਲੱਗਾ ਛੱਡੋ ਨਸ਼ੇ ਵਿੱਚ ਸੀ ਇਹਨੂੰ ਹੁਣ ਕੀ ਫੜਦਾ ਇਸ ਕਰਕੇ ਕਹਿੰਦੇ ਨੇ ਮਨੁੱਖ ਅਚੇਤ ਹੈ ਅਚੇਤੇ ਵਿੱਚ ਕੰਮ ਕਰੀ ਜਾ ਰਿਹਾ ਇਹਨੂੰ ਪਤਾ ਹੀ ਨਹੀਂ ਲੱਗ ਰਿਹਾ ਹੋਇਆ ਕੀ ਹੈ ਜੋ ਵੀ ਇਹ ਕਰਮ ਕਰ ਰਿਹਾ ਹੈ ਕਿਉਂ ਕਰ ਰਿਹਾ ਹੈ ਇਹਨੂੰ ਪਤਾ ਹੀ ਨਹੀਂ ਹੈ ਕਿਹਦੇ ਲਈ ਕਰ ਰਿਹਾ ਇਹ ਵੀ ਨਹੀਂ ਇਹਨੂੰ ਪਤਾ ਮੈਂ ਇੱਕ ਗੱਲ ਹੋਰ ਕਹਦੇ ਆ ਸ਼ਾਇਦ ਇਹ ਗੱਲ ਜੇ ਆਪ ਜੀ ਦੀ ਗਿਆਤ ਵਿੱਚ ਆ ਜਾਏ ਮਨੁੱਖ ਬੜੀ ਵਾਰੀ ਕਹਿੰਦਾ ਹੈ ਮੈਂ ਪਰਿਵਾਰ ਲਈ ਕਮਾਰਿਆ ਹਾਂ ਨਹੀਂ ਕਮਾਉਂਦਾ ਪਰਿਵਾਰ ਲਈ ਆਪਣੇ ਲੋਭ ਦੀ ਲੋਭ ਇਹਦੇ ਅੰਦਰ ਹੈ ਪੂਰਤੀ ਆਪਣੇ ਲੋਭ ਦੀ ਕਰਦਾ ਹੈ ਪਰਿਵਾਰ ਇਹਨੂੰ ਕਦੀ ਨਹੀਂ ਕਹੇਗਾ ਤੂੰ ਕਿਸੇ ਦਾ ਹੱਕ ਮਾਰ ਲਿਆ ਕਦੀ ਨਹੀਂ ਕਹੇਗਾ ਇਸ ਦੇ ਅੰਦਰ ਦਾ ਵਿਕਾਰ ਹੈ ਜਿਹੜਾ ਇਹਨੂੰ ਮਜਬੂਰ ਕਰ ਦਿੰਦਾ ਹੈ ਇਹਦੇ ਅੰਦਰ ਦਾ ਵਿਕਾਰ ਪਰਿਵਾਰ ਥੋੜੀ ਤਾਂ ਕਹਿੰਦਾ ਕਿਸੇ ਨੂੰ ਵਿਕਾਰ ਇਸ ਦੇ ਅੰਦਰ ਹੈ ਮਜਬੂਰ ਇਹਨੂੰ ਕਰਦਾ ਹੈ ਨਹੀਂ ਕਮਾਉਂਦਾ ਪਰਿਵਾਰ ਦੇ ਲਈ ਕਿਉਂਕਿ ਮਨੁੱਖ ਕਿਸੇ ਦਾ ਹੈ ਹੀ ਨਹੀਂ ਹੈ ਆਪ ਜੀ ਕੋ ਕਿਵੇਂ ਮੈਂ ਅਕਸਰ ਵਾਰੀ ਇਹ ਉਦਾਹਰਣ ਦੇਣਾ ਹੀ ਹੁੰਦਾ ਹੈ ਜੇ ਦੋ ਦੇਸ਼ਾਂ ਦੀ ਲੜਾਈ ਵਾਜ ਜਾਏ ਨਾ ਅਸੀਂ ਭਾਰਤਵਾਲ ਹੋ ਜਾਵਾਂਗੇ ਦੋ ਰਾਜਾਂ ਦੀ ਲੜਾਈ ਜਾਏ ਅਸੀਂ ਹਰਿਆਣੇਵਾਲ ਹੋ ਜਾਾਂਗੇ ਦੋ ਸ਼ਹਿਰਾਂ ਦੀ ਹੋ ਜਾਏ ਅਸੀਂ ਤਰਾਵੜੀਵਾਲ ਹੋ ਜਾਵਾਂਗੇ ਦੋ ਪਿੰਡਾਂ ਦੀ ਹੋ ਜਾਏ ਆਪਣੇ ਪਿੰਡਵਾਲ ਜੇ ਦੋ ਮੁਹੱਲਿਆਂ ਦੀ ਹੋ ਜਾਏ ਆਪਣੇ ਮੁਹੱਲੇਵਾਲ ਪਰਿਵਾਰ ਦੇ ਵਿੱਚ ਬਰਾਦਰੀ ਦੀ ਹੋ ਜਾਏ ਆਪਣੇ ਪਰਿਵਾਰਵਾਲ ਜੇ ਕਿਤੇ ਮਈਆਂ ਤੇ ਬੀਬੀ ਦੀ ਹੋ ਜਾਏ ਫਿਰ ਆਪਣੇਵਾਲ ਉਹ ਇਹ ਥੋੜੀ ਨਾ ਕਹੇ ਮੈਂ ਗਲਤਾਂ ਨਹੀਂ ਕਹੇ ਉਹ ਗਲਤ ਹੈ ਆਪਣੇ ਆਪ ਤੇ ਗਲਤੀ ਹੋਣੀ ਨਹੀਂ ਦੇਗਾ ਮਨੁੱਖ ਮਨੁੱਖ ਜੋ ਕੁਝ ਵੀ ਕਰਦਾ ਹੈ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਕਰਦਾ ਹੈ ਆਪਣੇ ਅਭਿਮਾਨ ਨੂੰ ਵਧਾਉਂਦਾ ਹੈ ਅਭਿਮਾਨ ਇਹਦੇ ਅੰਦਰ ਹੈ ਵਿਕਾਰ ਇਹਦੇ ਅੰਦਰ ਹੈ ਨਾਮ ਕਿਸੇ ਦਾ ਤਰ ਦਿੰਦਾ ਹੈ ਇਹ ਮਨ ਬੜਾ ਛਾਤਰ ਤੇ ਚਲਾਕ ਹੈ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਇਹ ਚਤੁਰਾਈਆਂ ਛੱਡ ਦੇ ਤੂੰ ਮਨ ਚਤੁਰਾਈਆਂ ਕਰਦਾ ਸਾਨੂੰ ਪਤਾ ਵੀ ਨਹੀਂ ਲੱਗਣ ਦਿੰਦਾ ਚਲਾਕੀ ਨਾਲ ਸਾਨੂੰ ਚਲਾ ਲੰਦਾ ਹੈ ਮਨ ਮਨ ਚਲਾਕੀਆਂ ਕਰਦਾ ਹੈ ਮਨੁੱਖ ਦੇ ਨਾਲ ਸਾਰਾ ਦਿਨ ਹੀ ਕਰਦਾ ਹੁੰਦਾ ਹੈ ਕੋਈ ਚੀਜ਼ ਹੈ ਮਨ ਇਹਨੂੰ ਕੁਝ ਦੱਸ ਦਿੰਦਾ ਹੈ ਗੱਲਾਂ ਕੁਝ ਹੁੰਦੀਆਂ ਨੇ ਇੰਨੀ ਗਹਿਰਾਈ ਵਿੱਚ ਮਨੁੱਖ ਜਾਂਦਾ ਹੀ ਨਹੀਂ ਹੈ ਅਚੇਤ ਹੈ ਸੋ ਇਸ ਕਰਕੇ ਗੁਰੂ ਜੀ ਕਹਿੰਦੇ ਨੇ ਤੂੰ ਗਹਿਰਾਈ ਵਿੱਚ ਜਾ ਜੇ ਗਹਿਰਾਈ ਵਿੱਚ ਜਾਏਗਾ ਫਿਰ ਦੁਬਾਰਾ ਜਨਮ ਤੇ ਮਰਨ ਨਹੀਂ ਹੋਏਗਾ ਡਰ ਨਹੀਂ ਹੋਏਗਾ ਕਿਉਂਕਿ ਕੁਝ ਮਿਲ ਰਿਹਾ ਹੈ ਇਹ ਵੀ ਪਰਮਾਤਮਾ ਦੇ ਖੇਡ ਕੋਈ ਵਿਛੜ ਰਿਹਾ ਹੈ ਇਹ ਵੀ ਪਰਮਾਤਮਾ ਦੀ ਖੇਡ ਫਿਰ ਉਹ ਮਨੁੱਖ ਜਿਵੇਂ ਹੁਣ ਸਾਨੂੰ ਗਰਮੀ ਵੀ ਕਬੂਲ ਹੈ ਠੰਡ ਵੀ ਕਬੂਲ ਹੈ ਕਿਉਂ ਅਸੀਂ ਗਰਮੀ ਤੋਂ ਬਚਣ ਦੇ ਸਾਧਨ ਵੀ ਬਣਾ ਲਏ ਨੇ ਠੰਡ ਤੋਂ ਬਚਣ ਦੇ ਵੀ ਬਣਾ ਲਏ ਹੁਣ ਗਰਮੀ ਵੀ ਕਬੂਲ ਠੰਡ ਵੀ ਕਬੂਲ ਇਵੇਂ ਮਨੁੱਖ ਜਦੋਂ ਪਰਮਾਤਮਾ ਦੀ ਸਤ ਸੰਗਤ ਵਿੱਚ ਆਉਂਦਾ ਹੈ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਫਿਰ ਇਹਨੂੰ ਦੁੱਖ ਵੀ ਕਬੂਲ ਇਹਨੂੰ ਸੁੱਖ ਵੀ ਕਬੂਲ ਸੁੱਖ ਵਿੱਚ ਖੁਸ਼ ਨਹੀਂ ਹੋਏਗਾ ਹਰ ਇੱਕ ਸੋਗ ਜਾ ਕੈ ਨਹੀਂ ਬਹਿਰੀ ਮੀਤ ਸਮਾਉ ਅਹੋ ਨਾਨਕ ਸੁਨ ਰੇ ਮਨਾ ਮੁਗਤ ਤਾਹੇ ਤੈ ਜਾਣ ਜੇ ਮੁਕਤੀ ਬਾਰੇ ਜਾਨਣਾ ਹੈ ਉਹਦੇ ਕੋਲ ਜਾ ਜਿਹਦੇ ਕਰਕੇ ਜਿਹਦੇ ਵਾਸਤੇ ਹਰਕ ਵੀ ਬਰਾਬਰ ਸ਼ੋਕ ਵੀ ਬਰਾਬਰ ਇਹਨੂੰ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਜਨਮੇ ਕੋ ਵਾਜਹਿ ਵਾਦਾਏ ਸੋਹੇ ਲੜੇ ਅਗਿਆਨੀ ਗਾਏ ਕਹਿੰਦੇ ਜਦੋਂ ਜਨਮ ਲੈਂਦਾ ਹੈ ਬੱਚਾ ਉਸ ਦਿਨ ਤੋਂ ਵਾਜੇ ਵਜਾਉਣਾ ਹੈ ਪਰ ਯਾਦ ਰੱਖੀ ਮਨਾ ਇੰਨਾ ਖੁਸ਼ ਨਾ ਹੋ ਜੋ ਜਨਮਿਆ ਹੈ ਉਸਨੇ ਜਨਮਿਆ ਫਿਰ ਉਸ ਦਿਨ ਰੋਵੇਂਗਾ ਵੀ ਬੜਾ ਇਸ ਕਰਕੇ ਜਨਮ ਵੀ ਉਹਦਾ ਪਾਣਾ ਮਰਨ ਵੀ ਉਹਦਾ ਪਾਣਾ ਅਸਲ ਵਿੱਚ ਜਨਮ ਨੂੰ ਪਾਣਾ ਨਹੀਂ ਮੰਨਦਾ ਮਨੁੱਖ ਮਰਨ ਨੂੰ ਪਾਣਾ ਮੰਨਦਾ ਹੈ ਫਾਇਦਾ ਹੋ ਗਿਆ ਇਹ ਵੀ ਉਹਦਾ ਪਾਣਾ ਨੁਕਸਾਨ ਹੋ ਗਿਆ ਇਹ ਵੀ ਉਹਦਾ ਪਾਣਾ ਸਫਲਤਾ ਮਿਲ ਗਈ ਹੈ ਇਹ ਵੀ ਉਹਦਾ ਪਾਣਾ ਅਸਫਲਤਾ ਮਿਲੀ ਹੈ ਇਹ ਵੀ ਉਹਦਾ ਪਾਣਾ ਪਰ ਮਨੁੱਖ ਸਫਲਤਾਵਾਂ ਨੂੰ ਆਪਣੇ ਕਰਮਾਂ ਨਾਲ ਜੋੜ ਲੈਂਦਾ ਹੈ ਨਾ ਮੈਂ ਇੰਨੇ ਕਰਮ ਕੀਤੇ ਮਿਹਨਤ ਕੀਤੀ ਦਿਨ ਰਾਤ ਕੀਤੀ ਸਫਲਤਾ ਆਪਣੇ ਨਾਲ ਜੁੜ ਗਈ ਆ ਸਫਲਤਾ ਪਰਮਾਤਮਾ ਨਾਲ ਜੁੜ ਦਿੱਤੀ ਇਹ ਉਹਦਾ ਪਾਣਾ ਹੈ ਕਿ ਪਰਮਾਤਮਾ ਸਫਲਤਾ ਵਾਂ ਹੀ ਦਿੰਦਾ ਨਹੀਂ ਸਫਲਤਾ ਵੀ ਉਹਦਾ ਪਾਣਾ ਆ ਸਫਲਤਾ ਵੀ ਉਹਦਾ ਪਾਣਾ ਕੁਝ ਮਿਲ ਗਿਆ ਹੈ ਇਹ ਵੀ ਉਹਦਾ ਪਾਣਾ ਕੁਝ ਵਿਛੜ ਗਿਆ ਹੈ ਇਹ ਵੀ ਉਹਦਾ ਪਾਣਾ ਇਸ ਕਰਕੇ ਮਹਾਰਾਜ ਕਹਿੰਦੇ ਇਹ ਗੁਣ ਮਨੁੱਖ ਦੇ ਵਿੱਚ ਪ੍ਰਗਟ ਹੋ ਜਾਂਦੇ ਨੇ ਆਠ ਪਾਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਹੋਦੇ ਉਹ ਅਠੇ ਪੈਰ ਪਰਮਾਤਮਾ ਦਾ ਚਿੰਤਨ ਕਰਦਾ ਹੈ ਕਹਿੰਦਾ ਪਰਮਾਤਮਾ ਹੀ ਸਭ ਕੁਝ ਹੈ ਉਹਨੂੰ ਯਾਦ ਕਰਦਾ ਕਿ ਉਹਨੂੰ ਪਤਾ ਲੱਗ ਗਿਆ ਸਾਰੀ ਦੁਨੀਆ ਦਾ ਮਾਲਕ ਤੇ ਉਹ ਹੀ ਹੈ ਫਿਰ ਉਹਦਾ ਹੀ ਨਾਮ ਲੈਂਦਾ ਸਾਰਾ ਦਿਨ ਕੋਈ ਤਰੱਕੀ ਮਿਲੇਗੀ ਕਹਿੰਦਾ ਪਰਮਾਤਮਾ ਤੇਰਾ ਹੀ ਸ਼ੁਕਰ ਹੈ ਜੇ ਤਰੱਕੀ ਨਾ ਮਿਲੀ ਫਿਰ ਕਹਿੰਦਾ ਤੇਰਾ ਭਾਣਾ ਹੈ ਕੋ ਚੰਗਾ ਹੋਏਗਾ ਅੱਗੋਂ ਦੇ ਦੇਗਾ ਕਰਨਾ ਤੇ ਉਹਨਾਂ ਹੀ ਹੈ ਸਭ ਕੁਝ ਫਿਰ ਅੱਗੇ ਕਹਿ ਦਿੰਦੇ ਨੇ ਮੋਹ ਮਾਇਆ ਕੈ ਸੰਗ ਨਾ ਲੇਪ ਮਨ ਮਹਿ ਰੱਖੈ ਹਰ ਹਰ ਏਕ ਇੱਕ ਗੱਲ ਹੋਰ ਯਾਦ ਰੱਖਣੀ ਸਾਧ ਸੰਗਤ ਬਾਣੀ ਵਿੱਚ ਕੀਤੇ ਨੇ ਮਹਾਰਾਜ ਕਿ ਆ ਮਾਇਆ ਛੱਡ ਦੇ ਮੋਹ ਜ਼ਰੂਰ ਕਿਹਾ ਹੈ ਮਾਇਆ ਦਾ ਛੱਡ ਦੇ ਮਾਇਆ ਨਾ ਕੋਈ ਛੱਡ ਸਕਿਆ ਹੈ ਨਾ ਛੱਡ ਸਕੇਗਾ ਤੇ ਮਾਇਆ ਛੱਡ ਕੇ ਜੇ ਭਗਤੀ ਹੋਣੀ ਹੈ ਫਿਰ ਸਰੀਰ ਛੱਡਣਾ ਪਏਗਾ ਕਿਉਂਕਿ ਸਰੀਰ ਵੀ ਮਾਇਆ ਹੈ ਪੰਜਾਂ ਤੱਤਾਂ ਦਾ ਬਣਿਆ ਤੇ ਪੰਜ ਤੱਤ ਮਾਇਆ ਨੇ ਫਿਰ ਸਰੀਰ ਛੱਡਣਾ ਪਏਗਾ ਜੇ ਮਾਇਆ ਛੱਡਣੀ ਹੈ ਫਿਰ ਸਰੀਰ ਛੱਡਣਾ ਪਏਗਾ ਮਾਇਆ ਨਹੀਂ ਛੁੱਟ ਸਕਦੀ ਮਨੁੱਖ माया ਦਾ মোহ ਛੱਡਣਾ ਹੈ माया ਛੱਡ ਦਿੱਤੀ ਫੇ ਰੋਟੀ ਛੱਡਣੀ ਪਏਗੀ ਰੋਟੀ ਵੀ ਤੇ ਮਾਇਆ ਹੈ ਫਿਰ ਜਿਹੜਾ ਮਨੁੱਖ ਫਰੂਟ ਖਾਂਦਾ ਇਹ ਵੀ ਛੱਡਨੇ ਪਹਿਣਗੇ ਮਾਇਆ ਨਹੀਂ ਛੱਡਣੀ ਮਹਾਰਾਜ ਕਹਿੰਦੇ ਜਿੱਥੇ ਤੂੰ ਖੜਾ ਹੈ ਉੱਥੇ ਪ੍ਰਮਾਤਮਾ ਨੂੰ ਯਾਦ ਕਰ ਭਾਵੇਂ ਰਾਜਾ ਹੈ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਵੱਡਾ ਰਾਜਾ ਭਗਤ ਜਨ ਰਾਜੇ ਵੀ ਇੱਥੇ ਪ੍ਰਮਾਤਮਾ ਦੇ ਭਗਤ ਹੋਏ ਨੇ ਔਰ ਇੱਥੇ ਬੜੇ ਗਰੀਬ ਜਿਨ੍ਹਾਂ ਕੋਲ ਜ਼ਿੰਦਗੀ 'ਚ ਕੁਝ ਨਹੀਂ ਸੀ ਭਗਤ ਰਵਿਦਾਸ ਜੀ ਵਰਗੇ ਜਿਹੜੇ ਸਿਰਫ ਜੁੱਤੀਆਂ ਗੰਢ ਕੇ ਗੁਜ਼ਾਰਾ ਕਰਦੇ ਸਨ ਉਹ ਵੀ ਪਰਮਾਤਮਾ ਦੇ ਭਗਤ ਹੋਏ ਨੇ ਜਿਨ੍ਹਾਂ ਦਾ ਅੱਜ ਤਾਈਂ ਨਾਮ ਇਸ ਦੁਨੀਆ ਤੇ ਚੱਲਦਾ ਹੈ ਇਸ ਕਰਕੇ ਇਹ ਜ਼ਰੂਰੀ ਨਹੀਂ ਹੈ ਜਿਹੜਾ ਮਨੁੱਖ ਗਰੀਬ ਹੋਏਗਾ ਉਹ ਵੀ ਪਰਮਾਤਮਾ ਨਾਲ ਜੁੜੇਗਾ ਸਿਰੇ ਦਾ ਜਿਹਦੇ ਕੋਲ ਪਰਮਾਤਮਾ ਨੇ ਸਾਰੇ ਪਦਾਰਥ ਦਿੱਤੇ ਨੇ ਉਹ ਵੀ ਪਰਮਾਤਮਾ ਨਾਲ ਜੁੜ ਸਕਦਾ ਹੈ ਅੰਤ ਦੇ ਵਿੱਚ ਮਹਾਰਾਜ ਕਹਿੰਦੇ ਨੇ ਅੰਧਕਾਰ ਦੀਪਕ ਪਰਗਾਸੇ ਨਾਨਕ ਭਰਮ ਮੋਹ ਦੁਖ ਤਾਂ ਹੰਤੇ ਨਾਲ ਜਦੋਂ ਹਨੇਰੇ ਦੇ ਵਿੱਚ ਮਨੁੱਖ ਦੇ ਮਨ ਦੇ ਵਿੱਚ ਹਨੇਰਾ ਸੀ ਅੰਦਰ ਗਿਆਨ ਦਾ ਚਾਨਣ ਚੱਲ ਪਿਆ ਆਤਮਾ ਜਾਗਰਿਤ ਹੋ ਗਈ ਇਹਨੇ ਫਿਰ ਉੱਥੋਂ ਭਰਮ ਤੇ ਦੁੱਖ ਸਾਰੇ ਖਤਮ ਹੋ ਜਾਂਦੇ ਨੇ ਸਾਰੀਆਂ ਜਿਹੜੀਆਂ ਬਿਮਾਰੀਆਂ ਸਾਰੀਆਂ ਅਲਮਤਾਂ ਉੱਥੋਂ ਚਲੀਆਂ ਜਾਂਦੀਆਂ ਨੇ ਜਿਹਨੂੰ ਮਾਰ ਗਏ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਅੰਦਰ ਆਤਮਾ ਦੀ ਆਵਾਜ਼ ਸੁਣ ਲਈ ਦੁੱਖ ਵੀ ਗਏ ਸੰਤਾਪ ਵੀ ਗਏ ਸੋਗ ਵੀ ਗਿਆ ਹਰਖ ਵੀ ਗਿਆ ਸਾਰਾ ਕੁਝ ਹੀ ਖਤਮ ਹੋ ਜਾਂਦਾ ਹੈ ਇਤੋਂ ਤੱਕ ਦੀ ਕਥਾ ਆਪਾਂ ਸ਼੍ਰਵਣ ਕਰਾਂਗੇ ਕੱਲ ਨੂੰ ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁੱਖ ਨਾਠੇ ਪਾਈ ਆਨੰਦ ਮਿਲ ਗਿਆ ਦੁੱਖ ਖਤਮ ਹੋ ਗਈ ਇਸ ਚੀਜ਼ ਤੇ ਹੋਰ ਅਸੀਂ ਅੱਗੇ ਡੂੰਘਾਈ ਦੇ ਨਾਲ ਵਿਚਾਰ ਕਰਾਂਗੇ ਕਿਵੇਂ ਮਹਾਰਾਜ ਮਨੁੱਖ ਨੂੰ ਕਹਿੰਦੇ ਨੇ ਕਿਵੇਂ ਉਸ ਦੇ ਅੰਦਰ ਆਨੰਦ ਦਾ ਪ੍ਰਗਟਾਵਾ ਹੋ ਜਾਂਦਾ ਹੈ ਮਨੁੱਖ ਹਮੇਸ਼ਾ ਖੁਸ਼ ਹੀ ਰਹਿੰਦਾ ਹੈ ਸੁੱਖ ਵਿੱਚ ਤੇ ਖੁਸ਼ ਹੈ ਦੁੱਖ ਵਿੱਚ ਵੀ ਖੁਸ਼ ਹੈ ਉਹਦੇ ਵਾਸਤੇ ਸੁੱਖ ਤੇ ਦੁੱਖ ਬਰਾਬਰ ਹੋ ਜਾਂਦੇ ਨੇ ਇਸ ਦੇ ਬਾਰੇ ਅਸੀਂ ਕੱਲ ਨੂੰ ਵਿਚਾਰ ਕਰਾਂਗੇ ਸਤਿਗੁਰੂ ਜੀ ਮਹਾਰਾਜ ਮਹਿਰਾਮਤ ਕਰਨ ਜਿੰਨੇ ਸਤਸੰਗੀ ਆਪ ਚੱਲ ਕੇ ਆਉਂਦੇ ਹੋ ਸਾਰਿਆਂ ਦੇ ਹਿਰਦਿਆਂ ਵਿੱਚ ਪਰਮਾਤਮਾ ਦਾ ਪ੍ਰੇਮ ਪੈਦਾ ਹੋਏ ਉਹ ਅਕਾਲ ਪੁਰਖ ਵਾਹਿਗੁਰੂ ਸਿਪ ਦਾ ਸੇਰਾ ਸਭ ਤੋਂ ਵੱਡਾ ਹੈ ਜਿੰਨੇ ਇਹ ਖੇਡ ਚਲਾਇਆ ਹੋਇਆ ਉਹਦੇ ਨਾਲ ਜੁੜ ਸਕੀਏ ਇਨੀਆਂ ਬੇਨਤੀਆਂ ਪਰਵਾਨ ਹੋਈ ਪੁੱਲ ਚੁੱਕ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ